ਯਾਰੋ ਕੇ ਗਰਾਉਂਡ ਦੇ ਵਿੱਚ ਆ ਜਾਣ ਫਲਪੋਤਾ ਤੇ ਡੇਰਾ ਬਾਬਾ ਨਾਨਕ ਦੀ ਟੀਮ ਨੈਕਸਟ ਮੈਚ ਦੇ ਲਈ ਗਰਾਉਂਡ ਦੇ ਵਿੱਚ ਆਵੇਗੀ ਇਧਰ ਟੀਮਾਂ ਬਿਲਕੁਲ ਤਿਆਰ ਨੇ ਮੇਰੇ ਤੋਂ ਜੋ ਸੱਜੇ ਪਾਸੇ ਟੀਮ ਖੇਡਣ ਜਾ ਰਹੀ ਹੈ ਸ਼ਿਕਾਰ ਮਾਸ਼ੀਆਂ ਪਿੰਡ ਦੀ ਹੈ ਤੇ ਜਿਹੜੀ ਟੀਮ ਮੇਰੇ ਤੋਂ ਖੱਬੇ ਪਾਸੇ ਹੈ ਸਾਡੇ ਵੀਰ ਕਲਸੀ ਨੇ ਤਿਆਰ ਕਰਕੇ ਲੈ ਕੇ ਪੁੱਜਿਆ ਵੀ ਮਾਝੀ ਦੇ ਤਰਨ ਤਾਰਨ ਏਰੀਏ ਦੇ ਚੋਟੀ ਦੇ ਖਿਡਾਰੀ ਜਿਹੜੇ ਲੈ ਕੇ ਪੁੱਜੇ ਹੈ ਸੋ ਸਾਡਾ ਵੀਰ ਇੱਕ ਪਾਸੇ ਘਰਿਆਲਾ ਤੇ ਇੱਕ ਪਾਸੇ ਸ਼ਿਕਾਰ ਮਾਸ਼ੀਆਂ ਦਾ ਇਹ ਪਹਿਲਾ ਮੈਚ ਜਿਹੜਾ ਉਹ ਖੇਡਿਆ ਜਾਵੇਗਾ ਤੇ ਜੋ ਸੈਕਿੰਡ ਮੈਚ ਹੈ ਫੁਲਪੋਤੇ ਦੀ ਟੀਮ ਤੇ ਡੇਰਾ ਬਾਬਾ ਨਾਨਕ ਦੇ ਖਿਡਾਰੀਆਂ ਦੇ ਅੱਗੇ ਬੇਨਤੀ ਹੈ ਵੀ ਉਹ ਵੀ ਗਰਾਊਂਡ ਦੇ ਵਿੱਚ ਆ ਜਾਣ ਡੇਰਾ ਬਾਬਾ ਨਾਨਕ ਤੇ ਫਲਪੋਤੇ ਦੇ ਖਿਡਾਰੀ ਪਲੀਜ਼ ਇਹ ਗਰਾਊਂਡ ਦੇ ਵਿੱਚ ਆਉਣਗੇ ਨੈਕਸਟ ਮੈਚ ਦੇ ਲਈ ਹੁਣ ਮੈਚ ਸ਼ੁਰੂ ਹੋ ਲੈਣ ਦਿਓ ਜੀ ਉਸ ਤੋਂ ਬਾਅਦ ਬੈਠ ਕੇ ਆਨੰਦ ਲਓ ਤੁਸੀਂ ਵੀ ਕਿਉਂਕਿ ਸਾਰੀ ਸੰਗਤ ਅੱਜ ਦੇ ਇਸ ਖੇਡ ਮੇਲੇ ਦੀ ਬੈਠ ਕੇ ਆਨੰਦ ਲੈ ਰਹੀ ਹੈ ਤੁਸੀਂ ਵੀ ਬੈਠੋ ਤੇ ਬੈਠ ਕੇ ਸਵਾਦ ਲਓ ਖੇਡ ਕਬੱਡੀ ਦਾ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਵੇਖ ਕੇ ਜਦੋਂ ਕੋਈ ਧਾਵੀ ਰੇਡਾ ਪਾਉਂਦਾ ਹੰਡਿਆਂ ਨੂੰ ਮੱਥਾ ਟੇਕ ਕੇ ਹੰਡਿਆਂ ਵੱਲ ਮੱਥਾ ਟੇਕੇ ਜਦੋਂ ਖਿਡਾਰੀ ਰੇਡਾ ਪਾਉਂਦੇ ਆ ਤੇ ਪੰਜਾਬ ਦੇ ਜਿਹੜੇ ਪੰਜਾਬੀ ਆ ਜਿਹੜੇ ਰੂਹ ਤੋਂ ਕਬੱਡੀ ਨੂੰ ਪਿਆਰ ਕਰਦੇ ਆ ਉਹ ਤਾੜੀਆਂ ਮਾਰਦੇ ਨੇ ਇਹਨਾਂ ਖਿਡਾਰੀਆਂ ਦੇ ਲਈ ਪਹਿਲੀ ਰੇਡ ਕਲਸੀ ਬਾਈ ਤੁਹਾਡੀ ਟੀਮ ਦੇ ਵੱਲੋਂ ਆ ਜਾਂ ਉਹਨਾਂ ਦੀ ਟੀਮ ਹੈ ਪਹਿਲੀ ਰੇਡ ਕਿਹੜਾ ਖਿਡਾਰੀ ਪਾਵੇਗਾ ਜਰਾ ਦੱਸਿਓ ਲਓ ਪਹਿਲੀ ਰੇਡ ਸੀਪਾ ਬੱਦੋ ਵਾਲੀ ਹੈ ਬੱਦੋਵਾਲ ਵਾਲੇ ਸੀਪੇ ਨੇ ਪਹਿਲੀ ਰੇਡ ਪਾਉਣੀ ਹੈ ਨੌਜਵਾਨ ਨੇ ਘਰਿਆਲੇ ਦੀ ਟੀਮ ਦੇ ਵੱਲੋਂ ਚਾਰ ਜਾਫੀ ਇਧਰਲੇ ਪਾਸੇ ਖੜੇ ਹੈ ਕਾਂਤਾ ਨੌਜਵਾਨ ਸ਼ਿਕਾਰ ਮਾਸ਼ੀਆਂ ਵਾਲਾ ਸਾਬੀ ਦੋ ਨੰਬਰ ਤੇ ਹੈ ਹਾਂ ਫਲਪੋਤੇ ਦੀ ਟੀਮ ਤੇ ਡੇਰਾ ਬਾਬਾ ਨਾਨਕ ਇਹ ਸੈਕਿੰਡ ਮੈਚ ਖੇਡਿਆ ਜਾਵੇਗਾ ਟੀਮਾਂ ਨੂੰ ਬੇਨਤੀ ਹੈ ਵੀ ਸਾਡਾ ਸਾਥ ਦਿਓ ਲਓ ਕਬੱਡੀ ਆਲ ਓਪਨ ਦੀ ਪਹਿਲੀ ਰੇਡ ਇਹ ਕੌਣ ਹੈ ਇਹ ਬੱਦੋਵਾਲ ਦਾ ਸ਼ੀਪਾ ਜੀ ਨੇ ਪਹਿਲੀ ਰੇਡ ਪਾਈ ਹੈ ਮੈਦਾਨ ਦੇ ਵਿੱਚ ਇੱਕ ਪਾਸੇ ਸਿੱਖ ਸਰਦਾਰ ਨੌਜਵਾਨ ਸ਼ਿਕਾਰ ਮਾਸ਼ੀਆਂ ਦਾ ਕਾਟਾ ਵੀ ਬਿਲਕੁਲ ਤਿਆਰ ਵਰ ਤਿਆਰ ਹੈ ਲਓ ਪਹਿਲੀ ਰੇਡ ਤੇ ਸਾਹਮਣੇ ਕਾਂਤਾ ਬੱਲੇ 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 ਪਰ ਬੱਦੋਵਾਲੀ ਆ ਸ਼ੀਪਾ ਪਹਿਲਾ ਪੁਆਇੰਟ ਘਰਿਆਲੇ ਦੀ ਟੀਮ ਦੇ ਲਈ ਜੋੜਦਾ ਹੋਇਆ ਹੈ ਇਧਰਲੇ ਪਾਸੇ ਆ ਗਿਆ ਮੱਤਾ ਸ਼ਿਕਾਰ ਮਾਸ਼ੀਆਂ ਵਾਲਾ ਪਹਿਲੀ ਰੇਡ ਪਾਉਣ ਦੇ ਲਈ ਹਾਂ ਸਾਡੇ ਵੀਰਾਂ ਦੇ ਵੱਲੋਂ ਬੇਨਤੀ ਹੈ ਵੀ ਜਿਹਨਾਂ ਵੀਰਾਂ ਨੇ ਜੰਗਲੇ ਤੇ ਭਾਰ ਪਾਇਆ ਪਲੀਜ਼ ਥੋੜਾ ਜਿਹਾ ਆਪਣੇ ਭਾਰ ਤੇ ਖੜ ਜਾਓ ਕਿਉਂਕਿ ਜੰਗਲਾ ਤੁਹਾਡੇ ਲਈ ਹੈ ਤੁਹਾਡਾ ਆਪਣਾ ਮੇਲਾ ਹੈ ਸੋ ਪਲੀਜ਼ ਕੋਈ ਵੀ ਸਾਡਾ ਵੀਰ ਇਹੋ ਜਿਹਾ ਕੰਮ ਨਾ ਕਰਿਓ ਕਿ ਸਾਡੇ ਜੰਗਲੇ ਵਾਲੇ ਵੀਰ ਨੂੰ ਘਾਟਾ ਪੈ ਜਾਵੇ ਹਾਂਜੀ ਵੀਰੇ ਜਿਹੜੇ ਸਟੇਜ ਦੇ ਸਾਹਮਣੇ ਖੜੇ ਆ ਇਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਬਈ ਬਾਈ ਜੀ ਸਾਈਡ ਤੇ ਹੋ ਜਾਓ ਪਲੀਜ਼ ਜਿਹੜੇ ਸਾਹਮਣੇ ਵੀਰ ਖੜੇ ਹੈ ਪ੍ਰਧਾਨ ਜੀ ਤੁਸੀਂ ਇੱਕ ਵਾਰੀ ਆਪ ਅਨਾਊਂਸ ਕਰ ਦਿਓ ਇਹਨਾਂ ਨੂੰ ਵੀ ਥੋੜਾ ਜਿਹਾ ਤੁਰ ਫਿਰ ਕੇ ਆਪਾਂ ਅੱਜ ਦਾ ਇਹ ਮੇਲਾ ਦੇਖੀਏ ਫਲਪੋਤੇ ਦੀ ਟੀਮ ਸੈਕਿੰਡ ਮੈਚ ਦੇ ਲਈ ਮੈਦਾਨ ਦੇ ਵਿੱਚ ਤਿਆਰ ਵਰ ਤਿਆਰ ਹੋਵੇ ਕਲਸੀ ਸਾਹਿਬ ਇਹ ਦੂਜੀ ਰੇਡ ਹੈ ਦੱਸਿਓ ਵੀ ਨਾਮ ਮੁੰਡੇ ਦਾ ਕੀ ਹੈ ਇਹ ਹੈ ਸੁਖਜਿੰਦਰ ਮੱਖੀ ਪਿੰਡ ਹੈ ਨੌਜਵਾਨ ਦਾ ਇਹ ਮੱਖਣ ਦਾ ਪਿੰਡੂ ਹੈ ਸੁਖਜਿੰਦਰ ਸਿੰਘ ਮੱਖੀ ਵਾਲਾ ਲਓ ਸੁਖਜਿੰਦਰ ਦੀ ਰੇਡ ਤੇ ਸਾਹਮਣੇ ਨੌਜਵਾਨ ਨੇ ਗੁੱਟ ਫੜਿਆ ਤੇ ਨੰਬਰ ਰੇਡਰ ਦੇ ਲਈ ਪੁਆਇੰਟ ਜਿਹੜਾ ਘਰਿਆਲੇ ਦੀ ਟੀਮ ਦੇ ਲਈ ਸੁਖਜਿੰਦਰ ਸਿੰਘ ਨੇ ਜੋੜ ਲਏ ਹੈ ਅਗਲੀ ਰੇਡ ਪਾਉਣ ਦੇ ਲਈ ਫਿਰ ਦੇਖਾਂਗੇ ਬਚਿੱਤਰ ਸਿੰਘ ਮੁਹਾਰ ਪਿੰਡ ਹੈ ਬਚਿੱਤਰ ਸਿੰਘ ਦਾ ਚੱਲ ਵੀ ਬਚਿੱਤਰ ਸਿਆ ਪਾ ਨੌਜਵਾਨਾਂ ਰੇਡ ਹਾਂ ਭਾਜੀ ਮੇਰੀ ਵਾਰ ਵਾਰ ਬੇਨਤੀ ਹੈ ਪਲੀਜ਼ ਵੀ ਜਿਹੜੇ ਵੀਰ ਜੰਗਲੇ ਤੋਂ ਗਰਾਊਂਡ ਵਾਲੇ ਪਾਸੇ ਆ ਪਲੀਜ਼ ਜੰਗਲੇ ਤੋਂ ਬਾਹਰ ਚਲੇ ਜਾਣ ਇਹ ਸਾਡੇ ਪ੍ਰਬੰਧਕਾਂ ਦੇ ਵੱਲੋਂ ਬੇਨਤੀ ਹੈ ਪਲੀਜ਼ ਮੈਂ ਦੋ ਵਾਰੀ ਅਨਾਊਂਸ ਕਰ ਦਿੱਤਾ ਪਲੀਜ਼ ਮੈਨੂੰ ਤੀਸਰੀ ਵਾਰੀ ਅਨਾਊਂਸ ਕਰਨਾ ਨਾ ਪਵੇ ਕਿਉਂਕਿ ਸੰਗਤ ਪਲੇਅਰਾਂ ਦੇ ਨਾਂ ਸੁਣਨ ਆਈ ਹੈ ਵੀ ਕੌਣ ਕਿਹੜਾ ਪਲੇਅਰ ਕਿੱਥੇ ਖੇਡਿਆ ਤੇ ਕਿੱਥੇ ਅੱਜ ਖੇਡ ਦਿਖਾ ਰਹੇ ਹੈ ਪਲੀਜ਼ ਵਾਰ ਵਾਰ ਸਾਨੂੰ ਇਹ ਅਨਾਊਂਸਮੈਂਟ ਕਰਨੀ ਨਾ ਪਵੇ ਜਿਹੜੇ ਵੀਰਾਂ ਨੂੰ ਕੋਈ ਡਿਊਟੀ ਨਹੀਂ ਪ੍ਰਧਾਨ ਜੀ ਜਿਹੜੇ ਵੀਰਾਂ ਦੀ ਕੋਈ ਡਿਊਟੀ ਨਹੀਂ ਪਲੀਜ਼ ਉਹਨਾਂ ਸਾਰਿਆਂ ਨੂੰ ਇਹੋ ਕਹਿ ਦਿਓ ਵੀ ਜੰਗਲੇ ਤੋਂ ਬਾਹਰਲੇ ਪਾਸੇ ਆਪਾਂ ਖੜੀਏ ਕੋਈ ਵੀ ਸਾਡਾ ਵੀਰ
जंगले तो उरले पासे ना आवे इस गल दा ध्यान रखण। अगली रेड फिर करियाले दी टीम मैदान दे विच पैण जा रही है। शिपियां लो टीना बोलियां वाला रेड पा रही है, बोलियां पिंड है टीनी दा जिन्हें रेड पाई है सभी भी तैयार है। प्रधान जी बार बार कह रहे हैं पर फिर भी गल जिहड़ी ओह गौर दे नहीं। एक बार तुसीं बेनती कर दिओ कोल जाके, हाँ लाओ बल्ले 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 टीना दे पॉइंट। इस समय फिर अपनी टीम दे लई अंक दा वादा कर गया स्पैरो आ गया अगली रेड पाउण दे लई। चल भी स्पैरो पा नौजवाना रेड, शिकार माशियां वाला स्पैरो अगली रेड पाउण दे लई फिर मैदान दे विच वधिया हुए है। जिहड़े अज दे बेस्ट होणगे साडे कुंदन सिंह जी यूएसए ते विक्रम सिंह जी आस्ट्रेलिया वाले, उन्हां दे वल्लों मोटरसाइकिल दित्ते जाणगे। पर आ देखांगे भी नौजवान गोलियां पिंड वाला रिशपाल ते स्पैरो दे विचकार टक्कर पै गई है। पर स्पैरो ने पॉइंट अपनी टीम दे लई जोड़ लिया है, पॉइंट शिकार माशियां दी टीम दे वास्ते जा जुड़ी है। अगली रेड पाउण दे लई कौन आ गया है? इह है सत्त मोटरसाइकलां दा जेतू गगन सभरावा पिंड दा। इहदे दादे ने भी कबड्डी खेडी है, फिर बाप ने कबड्डी खेडी ते हुण कहिंदे पुत भी कबड्डी खेडदा है। लाओ गगन सभरावा वाला पॉइंट इस समय करियाले दी टीम दे खाते जोड़दा हुआ है। लाओ सुनीत पाल सिंह दी रेड है, सुनीत पाल सिंह रेड पा रहे है। सुनीत पाल दा स्पैरो पिंड केड़ा है? भगवानपुर, भगवानपुरी आ। सुनीत पाल सिंह रेड पा रहे ते सामने चारां दे विचों हुण कौन जफा लावेगा? चार जाफी बिल्कुल तैयार ने, चारां दे विचों रिशपाल ने पहला भी कोशिश की है ते हुण दस्सो कलसी साहब केड़ा मुंडा इस समय मूहरे होके टक्कण की कोशिश कर रहा है? रिशपाल के दूसरे पासे लाडी शहीदा पिंड वाला, इहदा शहीदा पिंड है लाडी दा ते पॉइंट इस समय शिकार माशियां वाला अपनी टीम दे लई जा जोड़ी है। अगली रेड पाउण दे लई शीपा बद्दू वाली आ फिर मैदान दे विच वधिया होए। जिले गुरदासपुर वाला नौजवान रेड पा रहे है, सामने देखांगे भी चार ने। हाँ जी माइक जिहड़ा उह स्टेज दे वाले है, साडे भरावां दे वाले है, क्योंकि कुछ जरूरी मान सन्मान भी जिहड़े उह कीते जाणगे। लाओ साबी भले भले कबड्डी, पर पॉइंट शीपा बदू वाली अपनी टीम दे लई जोड़दा हुआ। हाँ जी शिव, बड़ा तगड़ा रोचक मुकाबला चलता पिया है, पर पिंड दी ओ शख्सियत जिन्हें कहिंदे पिंड दा नाम वड्डे पद्धर ते मेहनत करके राजनीति खेत्र च बनाया है, गिल परिवार के सरदार जसबीर सिंह जी डैंपा, उन्होंने नाल बड़ी प्यारी शख्सियत जिहड़े यूएसए तो सरदार कुंदन सिंह जी यूएसए वाले, उन्होंने वालों जिहड़े मोटरसाइकल समूह प्रिंट के शाह परिवार ते गिल परिवार कहिंदे सन्मान दे रहे ने। 75 किलो का फस्ट प्राइज सोना जी ते गोल्डी जी कहिंदे बहुत बहुत धन्नवाद करते हैं सरदार जसबीर सिंह जी डैंपा साहब जी उन्हों का, क्योंकि जिहड़ा तुसीं स्टेडियम देखते हो ये बिजली बोर्ड देखते हो सारा डैंपा जी की देन है। धन्नवाद। तो क्लब के वास्ते इन्ना वधिया प्रबंध किया डैंपा साहब, तुहाडी माता जी ने पहले दिन गुब्बारे छड के पर क्लब नूं कहिंदे 11,000 रुपया सहयोग दे रहे हैं जसबीर सिंह जी डैंपा, धन्नवाद। फस्ट प्राइज सिद्धवा बाबा काला मैर क्लब सिद्धवा वाले अपना फस्ट प्राइज प्राप्त करन। कबड्डी के सुपर डुपर खिलाड़ी खेडते दर्शकों थोड़ी क्या माफ़ी मांगते हैं, खिलाड़ियों बारे भी दसिया जाएगा। घरियाला जी कहिंदे जसविंदर कलसी की टीम है ते बलकारे शिकार माछियां वाले भलवान की कहिंदे टीम खेडती है। फस्ट प्राइज ते सैकंड प्राइज प्राइज इनाम डैंपा जी ते सरदार कुंदन सिंह जी ते सरदार इधरले पासे नौजवान चौड़े मदरे वाला जफा नहीं ला सका ते नंबर रेडर दे ले जा जुड़े 75 किलो दा पहला इनाम वो भी आके अपना प्राप्त करन 75 किलो दा फर्स्ट प्राइज। हां जी अली पत्तण ठीक है जी। लाओ टीने दी अगली रेड पैण जा रही है। मैं फलपोते नूं बेनती करदा भी फलपोते दी टीम जल्दी तो जल्दी ग्राउंड दे विच आवेगी नैक्सट मैच खेडण दे लई। फलपोता ते डेरा बाबा नानक दी टीम गग्गा तैयार है,
ਨਾਲ ਕਹਿੰਦੇ ਰਾਣਾ ਤਿਆਰ ਆ ਤੇ ਖਜਾਲੇ ਵਾਲਾ ਅਜਮੇਰ ਵੀ ਤਿਆਰ ਬਰ ਤਿਆਰ ਹੈ ਸਾਬੀ ਦੋ ਨੰਬਰ ਤੇ ਹੈ ਪੈਂਦੀ ਹੋਈ ਰੇਡ ਤੇ ਸ਼ਿਕਾਰ ਮਾਛੀਆਂ ਵਾਲਾ ਸਾਬੀ ਕਰਦਾ ਕਮਾਲ ਪਰ ਟੀਨੇ ਨੇ ਪੁਆਇੰਟ ਇਸ ਸਮੇਂ ਘਰਿਆਲੇ ਦੀ ਟੀਮ ਦੇ ਲਈ ਜੋੜ ਲਏ ਗੋਪੀ ਕਹਿੰਦੇ ਇਸੇ ਇਲਾਕੇ ਦਾ ਖਿਡਾਰੀ ਹੈ ਫੇਰੂ ਮਾਨ ਪਿੰਡ ਹੈ ਗੋਪੀ ਦਾ ਲੈ ਵੀ ਗੋਪੀ ਕੋਈ ਦਿਖਾ ਜਫਾ ਪਿੰਡ ਤੋਂ ਵੀ ਜਿਹੜੇ ਗਰਾਈ ਅੱਜ ਦੇਖਣ ਦੇ ਲਈ ਪੁੱਜੇ ਹੈ ਲਓ ਸਪੈਰੋ ਦੀ ਰੇਡ ਰਾਣਾ ਲੋਕੋ ਵਾਲਾ ਵੀ ਤਿਆਰ ਹੈ ਰਿਸ਼ਪਾਲ ਸਿੰਘ ਵੀ ਤਿਆਰ ਹੈ ਪਰ ਇਧਰਲੇ ਪਾਸੇ ਚੌੜੇ ਮਧਰੇ ਵਾਲੇ ਨੇ ਕੋਸ਼ਿਸ਼ ਕੀਤੀ ਅਤੇ ਸਪੈਰੋ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਲਈ ਅਗਲੀ ਰੇਡ ਪਾਉਣ ਦੇ ਲਈ ਫਿਰ ਦੇਖਾਂਗੇ ਵੀ ਗਗਨ ਕਿ ਤਿੱਖੇ ਜਿਹੇ ਨੈਣਾਂ ਵਾਲੇ ਛਾਟਵੇਂ ਸਰੀਰ ਦਾ ਸੰਤਾਂ ਨੇ ਘੋੜਾ ਦਿੱਤਾ ਮੁੱਲ ਨੇ ਇੱਕ ਸ਼ੌਂਕ ਦਾ ਮੱਤਾ ਯਾਰੋ ਟੌਪ ਦਾ ਪਰ ਆ ਗਿਆ ਜੋਤੇ ਦਾ ਪੋਤਾ ਇਹ ਹੈ ਨੌਜਵਾਨ ਭਵਿੰਦਰ ਸਿੰਘ ਦਾ ਪੁੱਤ ਗਗਨ ਸਭਰਾਵਾਂ ਵਾਲਾ ਆ ਰੇਡ ਤੋਂ ਬਾਹਰ ਸੋਨਾ ਜੀ ਆ ਰੇਡ ਪੈ ਲੈਣ ਦਿਓ ਲੈਣਾ ਭੋਜਨ ਜੀ ਦੋਵੇਂ ਟੀਮਾਂ ਜਸਵਿੰਦਰ ਕਲਸੀ ਜੀ ਬਲਕਾਰੇ ਜੀ ਸਾਡੇ ਵਿਚਕਾਰ ਸਰਦਾਰ ਜਸਬੀਰ ਸਿੰਘ ਜੀ ਡੈਂਪਾ ਇਸ ਪਿੰਡ ਵਿੱਚ ਜਨਮ ਲਿਆ ਮਾਤਾ ਸਤਵਿੰਦਰ ਕੌਰ ਗਿੱਲ ਦਾ ਪੁੱਤਰ ਦੇਣਾ ਜਿਹੜਾ ਸਟੇਡੀਅਮ ਤੇ ਇਹ ਏਰੀਏ 'ਚ ਕਹਿੰਦੇ ਪਿਛਲੇ ਪਾਸੇ ਵੱਡੇ ਵੱਡੇ ਟਰਾਂਸਫਾਰਮ ਉਹ ਪਿੰਡ ਦੇ ਵਿੱਚ ਕਹਿੰਦੇ ਡੈਂਪਾ ਜੀ ਦੀ ਦੇਣ ਹੈ ਵੱਡਾ ਨਾਮ ਹੈ ਮਿਹਨਤ ਨਾਲ ਕੰਮ ਕਰਦੇ ਆਪਣੇ ਜਿਹੜੇ ਕੰਮ 'ਚ ਲੱਗਦੇ ਹੈ ਤੇ ਨਾਲ ਕਹਿੰਦੇ ਉਹ ਸ਼ਖਸੀਅਤ ਜਿਹੜੀ ਕਹਿੰਦੇ ਯੂਨਾਈਟਿਡ ਸਟੇਟ ਅਮੈਰੀਕਾ USA ਤੋਂ ਆਏ ਨੇ ਸਰਦਾਰ ਕੁੰਦਨ ਸਿੰਘ ਜੀ ਪਹਿਲਾਂ ਜਾਣ ਪਹਿਚਾਣ ਮਾਝਾ ਕਲੱਬ ਘਰਿਆਲਾ ਸਰ ਇਹ ਜਿਹੜੀ ਟੀਮ ਹੈ ਜਸਵਿੰਦਰ ਕੋਚ ਕਲਸੀਆਂ ਵਾਲਾ ਕਹਿੰਦੇ ਟੀਮ ਲੈ ਕੇ ਆਉਂਦਾ ਹੈ ਬੜੇ ਤਗੜੇ ਸਟਾਰ ਪਲੇਅਰ ਬਲਜੀਤ ਪੱਟੀ ਵਾਲਾ ਆਇਆ ਜਿਹੜਾ ਕਹਿੰਦੇ ਜੱਲੂ ਪਰ ਖੇੜਿਆਂ ਤੋਂ ਥੋੜੇ ਦਿਨ ਪਹਿਲਾਂ ਘਿਓ ਜਿੱਤ ਕੇ ਖੜਿਆ ਬੈਸਟ ਆ ਫੇਰੂ ਮਾਨੀਆਂ ਗੋਪੀ ਹੈ ਸਾਡੇ ਏਰੀਏ ਦੀ ਸ਼ਾਨ ਨਾਲ ਉਹਦਾ ਭਰਾ ਰਵੀ ਕੋਚ ਤੇ ਉੱਧਰ ਕਹਿੰਦੇ ਸਾਡੇ ਵਿਕਰਮਜੀਤ ਆਸਟ੍ਰੇਲੀਆ ਵਾਲੇ ਦਾ ਭਰਾ ਗਿੱਲ ਜਸ ਗਿੱਲ ਰੈਫਰੀ ਵੀਰਾਂ ਨਾਲ ਜਾਣ ਪਹਿਚਾਣ ਪਲਾਰਿਆਂ ਨੇ ਪਹਿਚਾਣ ਕੀਤੀ ਜਾ ਰਹੀ ਹੈ ਹੁਣ ਕਹਿੰਦੇ ਬਲਕਾਰਾ ਜਸਵੀਰ ਸਿੰਘ ਜੀ ਡੈਂਪਾ ਸਾਹਿਬ ਇਹ ਆ ਬਲਕਾਰਾ ਸ਼ਿਕਾਰ ਮਾਛੀਆਂ ਬੜਾ ਤਗੜਾ ਪਲੇਅਰ ਹੈ ਟੌਪ ਦੀ ਟੀਮ ਲੈ ਕੇ ਆਇਆ ਧੰਨਵਾਦ ਕਬੱਡੀ ਦਾ ਸੁਪਰ ਡੁਪਰ ਖਿਡਾਰੀ ਹੁਣ ਸ਼ਿਕਾਰ ਮਾਛੀਆਂ ਦੇ ਨਾਲ ਜਾਣ ਪਹਿਚਾਣ ਇਹ ਤੋਂ ਬਾਅਦ ਅਗਲਾ ਮੈਚ ਸੋਨਿਆ ਜੀ ਦੱਸਿਓ ਟੀਮਾਂ ਜਿਹੜੀਆਂ ਆਪਾਂ ਗਰਾਊਂਡ ਵਿੱਚ ਸੱਦੀਏ ਦੇ ਖਿਡਾਰੀਆਂ ਦੇ ਅੱਗੇ ਬੇਨਤੀ ਹੈ ਵੀ ਤਿਆਰ ਰਹਿਣ ਫਲਪੋਤਾ ਬਾਬਾ ਸੰਤਾ ਸਿੰਘ ਕਲੱਬ ਫਲਪੋਤਾ ਤੇ ਨਾਨਕ ਸਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਸਰ ਗੁਰਦਾਸਪੁਰ ਕਿ ਡੇਰਾ ਬਾਬਾ ਨਾਨਕ ਹੈ ਨਾਨਕ ਸਰ ਦੇ ਪਲੇਅਰਾਂ ਦੇ ਅੱਗੇ ਬੇਨਤੀ ਹੈ ਵੀ ਆ ਜਾਓ ਇੱਧਰ ਇੱਕ ਯਾਦਗਾਰੀ ਸਨੈਪ ਹੋਵੇਗੀ ਸਤਨਾਮ ਜੀ ਚਲੋ ਨਾਲ ਪੀਤੂ ਬਾਈ ਆਓ ਸਾਰੇ ਸਾਡੇ ਵੀਰ ਮਨੋਹਰ ਸਿੰਘ ਜੀ ਆਪਾਂ ਇੱਕ ਯਾਦਗਾਰੀ ਸਨੈਪ ਖਿਚਾਵਾਂਗੇ ਕਿਉਂਕਿ ਹਨੇਰੀਆਂ ਵੀ ਆਉਂਦੀਆਂ ਨੇ ਤੂਫਾਨ ਵੀ ਆਕੇ ਚਲੇ ਜਾਂਦੇ ਨੇ ਯਾਦਾਂ ਹੀ ਰਹਿ ਜਾਂਦੀਆਂ ਨੇ ਇਨਸਾਨ ਵੀ ਆਕੇ ਜਿਹੜੇ ਉਹ ਚਲੇ ਜਾਂਦੇ ਨੇ ਕਿ ਯਾਦਾਂ ਹੀ ਰਹਿ ਜਾਂਦੀਆਂ ਨੇ ਇਨਸਾਨ ਵੀ ਜਿਹੜੇ ਉਹ ਆਕੇ ਚਲੇ ਜਾਂਦੇ ਨੇ ਇਹ ਯਾਦਾਂ ਨੇ ਅੱਜ ਦੇ ਕਬੱਡੀ ਕੱਪ ਦੀਆਂ ਲਿੱਦੜਾਂ ਦਾ ਖੇਡ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਰਾਜਾ ਗਿੱਲ ਸਾਧੂ ਗਿੱਲ ਪ੍ਰਿੰਸ ਵੜੈਂਜ ਤੇ ਜੋਰਾ ਬ੍ਰਦਰਸ ਇਟਲੀ ਵਾਲੇ ਜਿਹਨਾਂ ਵੀਰਾਂ ਨੇ ਅੱਜ ਜਿਹੜੀ ਲਾਈਵ ਦੀ ਸੇਵਾ ਇਹਨਾਂ ਭਰਾਵਾਂ ਨੇ ਕੀਤੀ ਹੈ ਸੋ ਆਪ ਵੀ ਦੇਖ ਰਹੇ ਹੈ ਸਾਧੂ ਖੁਦ ਵੀ ਪੁੱਜਿਆ ਗਿੱਲ ਸਾਡਾ ਵੀਰ ਯਾਰਾਂ ਦਾ ਯਾਰ ਹੈ ਉਸ ਵੀਰ ਨੂੰ ਵੀ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਹਾਂਜੀ ਬਜ਼ੁਰਗੋ ਚਰਨਜੀਤ ਸਿੰਘ ਜੀ ਹਲਵਾਈ ਹਾਂ ਲੰਗਰ ਹਾਲ ਦੇ ਵਿੱਚ ਪੁੱਜੇ ਚਰਨਜੀਤ ਸਿੰਘ ਜੀ ਹਲਵਾਈ ਯੋਧਿਆਂ ਵਾਲਿਆ ਜਿਹੜਾ ਸੈਕਿੰਡ ਮੈਚ ਇੱਕ ਵਾਰੀ ਬੋਲਦੇ ਵੀ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿਚਕਾਰ ਟੀਮਾਂ ਤਿਆਰ ਰਹਿਣਗੀਆਂ ਨਾਨਕ ਸਰ ਗੁਰਦਾਸਪੁਰ ਤੇ ਬਾਬਾ ਸੰਤਾ ਸਿੰਘ ਕਬੱਡੀ ਕਲੱਬ ਫਲਪੋਤਾ ਕੌਣ ਹੈ ਉਹ ਮਾਨਾ ਦਾ ਮੁੰਡਾ ਮੋਟਰ ਤੇ ਪਟਾ ਚੜ ਗਿਆ ਸੁਨੀਤ ਪਾਲ ਤੇ ਗੋਪੀ ਬੱਲੇ ਨੰਬਰ ਸ਼ਿਕਾਰ ਮਾਛੀਆਂ ਸ਼ਿਕਾਰ ਕਰਦੇ ਪਏ ਸੁਨੀਤ ਪਾਲ ਸਿੰਘ ਨੇ ਪੁਆਇੰਟ ਆਪਣੀ ਟੀਮ ਦੇ ਲਜੋੜ ਲਿਆ ਵਾਹ ਵੀ ਸੁਨੀਤ ਪਾਲ ਕਿ ਤੈਨੂੰ ਇੱਕ ਦੇ ਯੋਰ ਨਾਲ ਲੈ ਜਾਣਾ ਗੱਲ ਛੱਡਣੀ ਨਹੀਂ ਤਕਦੀਰਾਂ ਤੇ ਕਿਤੇ ਨੂੰ ਇੱਕ ਦੇ ਯੋਰ ਨਾਲ ਲੈ ਜਾਣਾ ਗੱਲ ਛੱਡਣੀ ਨਹੀਂ ਤਕਦੀਰਾਂ ਦੀ ਲਓ ਬੱਦੋ ਵਾਲੀਆ ਸ਼ੀਪਾ ਇਸ ਸਮੇਂ ਰੇਡ ਪਾ ਰਿਹਾ ਸੋਨੀ ਆ ਗਿਆ ਫੇਰੋ ਚੀਚੀ ਪਿੰਡ ਹੈ ਸੋਨੀ ਦਾ ਰਾਣਾ ਦੋ ਨੰਬਰ ਤੇ ਹੈ
ਗੱਗਾ ਵੀ ਨੌਜਵਾਨ ਭਾਂ ਵਾਲਾ ਤਿਆਰ ਹੈ, ਖਜਾਲੇ ਵਾਲਾ ਅਜਮੇਰ ਸਿੰਘ ਵੀ ਤਿਆਰ ਵਰ ਤਿਆਰ। ਲਓ ਸ਼ੀਪੇ ਦੀ ਰੇਡ ਤੇ ਭਾਂ ਵਾਲੇ ਗੱਗੇ ਨੇ ਡੱਕਤਾ, ਕਿਆ ਬਾਤ ਹੈ। ਐਨ ਕਹਿੰਦੇ ਮੂਹਰੇ ਹੋ ਕੇ ਜਫਾ ਲਾਇਆ, ਜਿਵੇਂ ਪੰਜਾਬ ਦੇ ਲੋਕ ਸ਼ਾਇਰ ਗੱਲਾਂ ਕਰਦੇ ਹੈ ਕਿ ਮੂਹਰੇ ਹੋ ਕੇ ਹੌਸਲਾ ਕਰਕੇ ਭੂਤਰਿਆ ਸਾਨ ਸਿੰਘਾਂ ਤੋਂ ਫੜ ਕੇ, ਕਿ ਠਿੱਪੀ ਲਾ ਕੇ ਹੁੰਦਾ ਬਲ ਕਿਸੇ ਕਿਸੇ ਨੂੰ ਡੇਗਣ ਦਾ, ਕਿ ਰਾਜੇ ਠੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਲਣ ਦਾ, ਕਿ ਰਾਜੇ ਠੇਲੇ ਅੜਬ ਪੰਜਾਬੀ ਜਿਗਰਾ ਰੱਖਦੇ ਖੇਲਣ ਦਾ। ਲਾਡੀ ਵੀ ਤਿਆਰ ਹੈ, ਪਰ ਯਾਰ ਰਿਸ਼ਪਾਲ ਸਿੰਘ ਕਿਆ ਬਾਤ ਹੈ, ਰੁੜਕੇ ਦੇ ਕਬੱਡੀ ਕੱਪ ਦਾ ਗੋਲਡ ਰਿੰਗ ਦਾ ਜੇਤੂ ਖਿਡਾਰੀ ਹੈ, ਜਿਹਨੇ ਜਫਾ ਲਾਇਆ ਤੇ ਪੁਆਇੰਟ ਘਰਿਆਲੇ ਦੀ ਟੀਮ ਦੇ ਹਿੱਸੇ ਜਾ ਜੁੜੇ ਹੈ। ਅਗਲੀ ਰੇਡ ਪਾਉਣ ਦੇ ਲਈ ਕਲਸੀ ਸਾਹਿਬ ਨਾਮ ਦੱਸਿਓ ਰੇਡਰ ਦਾ ਇੱਕ ਵਾਰੀ ਫਿਰ। ਇਹ ਆ ਮੱਖੀ, ਮੱਖੀ ਦੀ ਰੇਡ ਕੋਈ ਗੱਲ ਨਹੀਂ ਆਪਾਂ ਇੱਦਾਂ ਹੀ ਦੱਸੀ ਜਾਣੇ ਹੈ। ਇਹ ਆ ਮੱਖੀ, ਛੋਟਾ ਮੱਖੀ ਰੇਡ ਪਾ ਰਿਹਾ। ਮੱਖਣ, ਮੱਖਣ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ, ਉਸੇ ਦਾ ਨੌਜਵਾਨ ਗੁਰਾਈ ਰੇਡ ਪਾ ਰਿਹਾ ਛੋਟਾ ਮੱਖੀ ਤੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਏ ਹੈ। ਲੈ ਵੀ ਮੁਹਾਰ ਨਾਲ ਰੇਡ, ਬਚਿੱਤਰ ਸਿੰਘ ਦੀ ਰੇਡ ਪੈਣ ਜਾ ਰਹੀ ਹੈ ਕਿ ਬਚਿੱਤਰ ਸਿੰਘ ਤਾਸ਼ਪੁਰ ਦੀ ਧਰਤੀ ਦਾ ਦੁਨੀਆ ਦੇ ਬੜੇ ਫੇਮਸ ਖਿਡਾਰੀਆਂ ਦੇ ਵਿੱਚ ਨਾਮ ਹੈ ਉਸ ਨੌਜਵਾਨ ਦਾ। ਪਰ ਆਹ ਦੇਖਾਂਗੇ ਵੀ ਇਸ ਸਮੇਂ ਬਚਿੱਤਰ ਸਿੰਘ ਨੇ ਪੜਦੇ ਥਾਪੀ ਮਾਰੀ ਹੈ ਤੇ ਚਾਰਾਂ ਦੇ ਵਿੱਚੋਂ ਕਲਸੀ ਸਾਹਿਬ ਰਿਸ਼ਪਾਲ ਤਿਆਰ ਹੈ, ਚੌੜੇ ਮਧਰੇ ਵਾਲਾ ਵੀ ਤਿਆਰ ਹੈ, ਲੋਪੋ ਪਿੰਡ ਵਾਲੇ ਰਾਣੇ ਨੇ ਵੀ ਤਿਆਰੀ ਫੜੀ ਹੋਈ ਹੈ ਤੇ ਲਾਡੀ ਕਹਿੰਦੇ ਸ਼ਹੀਦਾਂ ਪਿੰਡ ਵਾਲਾ ਵੀ ਤਿਆਰ ਵਰ ਤਿਆਰ। ਪਰ ਇਧਰਲੇ ਪਾਸੇ ਰਿਸ਼ਪਾਲ ਪੈਰ ਉਖੜਦੇ ਹੋਏ, ਕਬੱਡੀ ਕਬੱਡੀ ਵੱਜਦੇ ਧੱਕੇ ਤੇ ਪੁਆਇੰਟ ਰੇਡਰ ਦਾ ਬਚਿੱਤਰ ਵੀ, ਜਿਹਨੂੰ ਜਿਹਨੂੰ ਬਚਿੱਤਰ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀ ਮਾਰ ਕੇ ਦੱਸਿਓ ਬਚਿੱਤਰ ਦੇ ਨਾਂ ਤੇ। ਜ਼ੋਰਦਾਰ ਤਾੜੀਆਂ ਘੱਟ ਵੱਜ ਰਹੀਆਂ ਨੇ, ਵੱਜਣ ਗਈਆਂ ਜਦੋਂ ਸੈਮੀ ਫਾਈਨਲ ਮੈਚ ਹੋਣਗੇ ਤੇ ਫਿਰ ਤਾੜੀਆਂ ਦੇ ਨਾਲ ਚੀਕਾਂ ਤੇ ਕਲਕਾਰੀਆਂ ਵੀ ਜ਼ਰੂਰ ਮਾਰਨਗੇ ਦਰਸ਼ਕ ਵੀਰ, ਕਿਉਂਕਿ ਪ੍ਰਬੰਧ ਸਾਡੇ ਪ੍ਰਬੰਧਕਾਂ ਨੇ ਬੜੇ ਕਹਿੰਦੇ ਇੱਕ ਜੀਦਾਰੀ ਦੇ ਨਾਲ ਕੀਤੇ ਆ, ਕੋਈ ਘਾਟ ਨਹੀਂ ਛੱਡੀ ਪ੍ਰਬੰਧ ਦੇ ਵਿੱਚ। ਮੈਂ ਦੇਖਦਾ ਵੀ ਇਹੋ ਜਿਹੇ ਸਟੇਡੀਅਮ ਬਹੁਤ ਘੱਟ ਦੇਖਣ ਨੂੰ ਮਿਲਦੇ ਹੈ ਇਹਨਾਂ ਪਿੰਡਾਂ ਦੇ ਵਿੱਚ, ਪਰ ਸਾਡੇ ਬਹੁਤ ਹੀ ਸਤਿਕਾਰਯੋਗ ਵਿਸ਼ੇਸ਼ ਤੌਰ ਤੇ ਜਸਵੀਰ ਸਿੰਘ ਜੀ ਡੇਬਾ ਸਾਹਿਬ ਉਹਨਾਂ ਦਾ ਧੰਨਵਾਦ ਹੈ ਜਿਹੜੇ ਚੇਚੇ ਤੌਰ ਤੇ ਆਏ ਨੇ। ਤੇ ਇਧਰਲੇ ਪਾਸੇ ਬੋਲੀਆਂ ਵਾਲਾ ਟੀਨਾ ਇਸ ਸਮੇਂ ਪੁਆਇੰਟ ਲੈ ਕੇ ਫਿਰ ਜਾ ਰਿਹਾ। ਮਨੋਹਰ ਜੀ ਕੋਈ ਜਾਣਕਾਰੀ ਹੈ ਤਾਂ ਦਿਓ, ਸਪੈਰੋ ਦੀ ਰੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਬਾਬਾ ਸੰਤਾ ਸਿੰਘ ਕਬੱਡੀ ਕਲੱਬ ਫਲਪੋਤਾ ਤੇ ਗੁਰੂ ਨਾਨਕ ਕਬੱਡੀ ਕਲੱਬ ਗੁਰਦਾਸਪੁਰ, ਬੋਢਾ ਥੇ ਕਬੱਡੀ ਕਲੱਬ ਤੇ ਗੁਰੂ ਅੰਗਦ, ਹਾਂ ਤੀਸਰਾ ਮੈਚ ਚੋਹਲਾ ਸਾਹਿਬ ਦੇ ਗੁਰੂ ਨਾਨਕ ਕਬੱਡੀ ਕਲੱਬ ਬਟਾਲਾ। ਇਹ ਤੀਸਰੇ ਮੈਚ ਦੇ ਲਈ ਟੀਮਾਂ ਬਿਲਕੁਲ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ। ਗਗਨ ਇਸ ਸਮੇਂ ਫਿਰ ਪੁਆਇੰਟ ਲੈ ਕੇ ਆਪਣੀ ਟੀਮ ਦੇ ਲਈ ਆ ਗਏ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁੰਦਰ ਸਿੰਘ ਜੀ USA ਵਾਲੇ ਅਮਰੀਕਾ ਦੇ ਵਿੱਚ ਬੈਠੇ ਆ, ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਵੱਲੋਂ ਇੱਕ ਮੋਟਰਸਾਈਕਲ ਸਪੌਂਸਰ ਹੈ ਬੈਸਟ ਰੇਡਰ ਦੇ ਲਈ, ਤੇ ਸਰਦਾਰ ਬਿਕਰਮਜੀਤ ਬਿਕਰਮ ਸਿੰਘ ਜੀ ਆਸਟ੍ਰੇਲੀਆ ਵਾਲੇ ਉਹਨਾਂ ਦੇ ਵੱਲੋਂ ਵੀ ਜਿਹੜਾ ਇੱਕ ਮੋਟਰਸਾਈਕਲ ਸਪੌਂਸਰ ਹੈ, ਧੰਨਵਾਦ ਕੀਤਾ ਜਾ ਰਿਹਾ ਹੈ ਇਹਨਾਂ ਸਾਡੇ ਭਰਾਵਾਂ ਦਾ ਜਿਨ੍ਹਾਂ ਦੇ ਵੱਲੋਂ ਵੱਡੇ ਪੱਧਰ ਤੇ ਸਨਮਾਨ ਦਿੱਤੇ ਜਾ ਰਹੇ ਹੈ। ਲਓ ਲੋਪੋ ਪਿੰਡ ਵਾਲੇ ਰਾਣੇ ਦੇ ਨਾਲ ਮੁਕਾਬਲਾ ਪੈ ਗਿਆ, ਕਿ ਪੇਚੇ ਪੈ ਗਿਆ ਨਾਲ ਬਗਾਨੇ, ਪਤਾ ਲੱਗ ਜੂ ਵਿੱਚ ਮੈਦਾਨੇ ਯਾਰ ਖੁਰਾਕਾਂ ਖਾਧੀਆਂ ਦੇ, ਕਿ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ, ਕਿ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ। ਮੈਂ ਰੇਡਰਾਂ ਨੂੰ ਬੇਨਤੀ ਕਰਦਾ ਵੀ 4 ਸਕਿੰਟ ਬਾਅਦ ਰੇਡ ਜਿਹੜੀ ਉਹ ਪੈ ਜਾਣੀ ਚਾਹੀਦੀ ਹੈ। ਇਹ ਫੈਡਰੇਸ਼ਨ ਦੇ ਰੂਲ ਨੇ, ਕਬੱਡੀ ਦੇ ਜਿਹੜੇ ਨਿਯਮ ਨੇ, ਜਿਹੜੇ ਕਬੱਡੀ ਨੂੰ ਸੁਧਾਰਨ ਦੇ ਲਈ ਕੀਤੇ ਜਾ ਰਹੇ ਆ ਫੈਡਰੇਸ਼ਨਾਂ ਦੇ ਅਧੀਨ। ਕਦੇ ਨਾਰਥ ਇੰਡੀਆ ਫੈਡਰੇਸ਼ਨ ਦੇ ਕਾਨੂੰਨਾਂ ਦੀ ਗੱਲ ਹੁੰਦੀ ਹੈ, ਕਦੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੇ ਕਾਨੂੰਨਾਂ ਦੀ ਗੱਲ ਹੁੰਦੀ ਹੈ। ਪਰ ਇਧਰਲੇ ਪਾਸੇ ਦੇਖਾਂਗੇ ਸ਼ੀਪੇ ਦੀ ਰੇਡ ਤੇ ਗੱਗਾ ਇਸ ਸਮੇਂ ਦੇਖਾਂਗੇ ਵੀ ਬਲਕਾਰੇ ਦੇ ਵਾਂਗਰਾ ਚਪੇੜਾਂ ਵਾਲੀ ਮਸ਼ੀਨ ਬਣਿਆ ਹੋਇਆ। ਪਰ ਪੁਆਇੰਟ ਵਾਹ, ਕਿਆ ਬਾਤ ਹੈ ਕਿ ਹੱਥੋਂ ਨਿਕਲ ਸ਼ਿਕਾਰ ਗਿਆ, ਪਰ ਬਾਜੀ ਜਿਹੜਾ ਉਹ ਜਾਫੀ ਮਾਰ ਗਿਆ। ਗੱਗੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਲਿਆ। ਲੈ ਵੀ ਸਪੈਰੋ
ਬਾਹ ਨੌਜਵਾਨ ਦਾ ਰੇਡ ਬੜਾ ਵੱਖਰਾ ਜਿਹਾ ਅੰਦਾਜ਼ ਹੈ ਇਸ ਨੌਜਵਾਨ ਦਾ ਕਬੱਡੀ ਪਾਉਣ ਦਾ ਸਪੈਰੋ ਦੀ ਰੇਡ ਫੇਰੂ ਮਾਨੀਆ ਗੋਪੀ ਵੀ ਤਿਆਰ ਹੈ ਲਾਡੀ ਸ਼ਹੀਦਾਂ ਵਾਲਾ ਦੋ ਨੰਬਰ ਤੇ ਤਿਆਰ ਹੈ ਚੌੜੇ ਮੰਦਰੇ ਵਾਲਾ ਕਿੰਦਾ ਵੀ ਤਿਆਰ ਹੈ ਸਿੱਖ ਸਰਦਾਰ ਪਰ ਇੱਧਰ ਨੰਬਰ ਫਿਰ ਜਿਹੜਾ ਉਹ ਰੇਡਰ ਦਾ ਤੇ ਹਾਫ ਸਮਾਂ ਚੱਲਦੇ ਇਸ ਮੈਚ ਦਾ ਹੋ ਗਿਆ ਤੇ ਆਪਾਂ ਸਕੋਰਾਂ ਦਾ ਵੇਰਵਾ ਸਾਂਝਾ ਕਰਾਂਗੇ ਵੀ ਕਿੰਨੇ ਕਿੰਨੇ ਪੁਆਇੰਟ ਨੇ ਇਸ ਚੱਲਦੇ ਹੋਏ ਮੈਚ ਦੇ ਵਿੱਚ ਉਧਰ ਸਾਡੇ ਵੀਰ ਜਿਹੜੇ ਸਟੇਡੀਅਮ ਤੇ ਚੜ੍ਹ ਕੇ ਆਨੰਦ ਮਾਣ ਰਹੇ ਆ ਸਾਡੇ ਭਰਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਚੱਲਦੇ ਮੈਚ ਦੇ ਵਿੱਚ ਸ਼ਿਕਾਰ ਮਾਸ਼ੀਆਂ ਦੇ ਪੁਆਇੰਟ ਨੇ 13 ਨੰਬਰ ਤੇ ਘਰਿਆਲੇ ਦੇ ਪੁਆਇੰਟ ਨੇ 14.5 ਨੰਬਰ ਤਾੜੀ ਜ਼ੋਰਦਾਰ ਦੋਵਾਂ ਟੀਮਾਂ ਦੇ ਨਾਂ ਤੇ ਮਾਰ ਦਿਓ 13 ਤੇ 14.5 ਹਾਂ ਦੰਦਾਂ ਦੇ ਨਾਲ ਇੱਟਾਂ ਚੁੱਕ ਕੇ ਦਿਖਾਵੇਗਾ ਸਾਡਾ ਵੀਰ ਨਾਮ ਅਨਮੋਲ ਸਿੰਘ ਹੈ ਕਿ ਭੱਜੀ ਫਿਰਦੀ ਹੈ ਰੋਟੀ ਦੇ ਮਗਰ ਦੁਨੀਆ ਸੋ ਮਸਲਾ ਜਿਹੜਾ ਰੋਟੀ ਦਾ ਪਲੀਜ਼ ਆਪਾਂ ਇਸ ਨੌਜਵਾਨ ਦਾ ਵੀ ਵੱਧ ਤੋਂ ਵੱਧ ਮਾਨ ਸਨਮਾਨ ਕਰੀਏ 13 ਨੰਬਰ ਜਿਹੜੇ ਉਹ ਸ਼ਿਕਾਰ ਮਾਸ਼ੀਆਂ ਦੇ ਨੇ ਹੁਣ ਜਿਹੜੀ ਟੀਮ ਮੇਰੇ ਤੋਂ ਖੱਬੇ ਪਾਸੇ ਆ ਗਈ ਹੈ ਹਾਂ ਇਸ ਨੌਜਵਾਨ ਦਾ ਜ਼ਰੂਰ ਮਾਨ ਸਨਮਾਨ ਕੀਤਾ ਜਾਵੇ ਜਿਹਨੇ ਦੰਦਾਂ ਦੇ ਨਾਲ ਇੱਟਾਂ ਚੁੱਕੇ ਦਿਖਾਈਆਂ ਨੇ ਕਿ ਔਖੀ ਗੱਲ ਨਹੀਂ ਕੋਈ ਜਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ ਕਿ ਹੋਵੇ ਹੌਸਲਾ ਤੇ ਚੁੱਕ ਪਹਾੜ ਦਈਏ ਤੇ ਬਿਨਾਂ ਹੌਸਲੇ ਦੇ ਚੁੱਕਣਾ ਖੰਭ ਔਖਾ ਕਿ ਬਿਨਾਂ ਹੌਸਲੇ ਦੇ ਚੁੱਕਣਾ ਖੰਭ ਔਖਾ ਸੋ ਇਹੋ ਜਿਹੇ ਭਰਾਵਾਂ ਦੀ ਮਦਦ ਕਰਨੀ ਚਾਹੀਦੀ ਹੈ ਸਾਡੇ ਵੀਰ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਹੜੇ NRI ਕਬੱਡੀ ਦੇ ਖਿਡਾਰੀਆਂ ਦੀ ਕਬੱਡੀ ਦੇ ਰੈਫਰੀਆਂ ਦੀ ਕਬੱਡੀ ਦੇ ਬੁਲਾਰਿਆਂ ਦੀ ਜਿਹੜੀ ਹੈਲਪ ਕਰਦੇ ਹੈ ਸਾਰੇ ਜਿਹੜੇ ਸਾਡੇ ਵੀਰ ਜਿਉਂਦੇ ਵਸਦੇ ਰਹਿਣ ਜਿਹੜੇ ਪ੍ਰਵਾਸੀ ਭਾਰਤੀ ਬਾਹਰਲੇ ਦੇਸ਼ਾਂ ਦੇ ਵਿੱਚ ਵਸੇ ਹੋਏ ਹੈ ਕੀ ਰੌਲਾ ਜੀ ਸ਼ਿਕਾਰ ਮਾਸ਼ੀਆਂ ਦੀ ਟੀਮ ਦੇ 13 ਪੁਆਇੰਟ ਹੈ ਤੇ 14 ਨੰਬਰ ਘਰਿਆਲੇ ਦੇ ਹੈ 14.5 ਪੁਆਇੰਟ ਘਰਿਆਲੇ ਦੇ ਪਹਿਲੀ ਰੇਡ 1.5 ਨੰਬਰ ਦੀ ਹੁੰਦੀ ਹੈ ਤੇ ਪਹਿਲਾ 1.5 ਅੰਕ ਜਿਹੜਾ ਉਹ ਘਰਿਆਲੇ ਨੇ ਹਾਸਲ ਕੀਤਾ ਸੀਗਾ ਬੱਦੋ ਵਾਲੀਏ ਸ਼ੀਪੇ ਨੇ ਜਿਹੜਾ ਪਹਿਲਾ ਪੁਆਇੰਟ ਗਲਸੀ ਸਾਹਿਬ ਹਾਸਲ ਕਰਕੇ 1.5 ਨੰਬਰ ਦੀ ਬੜਤ ਜਿਹੜੀ ਉਹ ਬਣਾਈ ਹੈ ਬਚਿੱਤਰ ਸਿੰਘ ਦੀ ਰੇਡ ਪੈਣ ਜਾ ਰਹੀ ਹੈ ਬਈ ਪੁਆਇੰਟ 14.14 ਹੋਣਗੇ ਜਾਂ 14.5 ਤੋਂ 15 ਹੋਣਗੇ ਇਸ ਰੇਡ ਤੇ ਫੈਸਲਾ ਹੋਣ ਜਾ ਰਿਹਾ ਹੈ ਸੈਕਿੰਡ ਹਾਫ ਦੀ ਪਹਿਲੀ ਰੇਡ ਬਚਿੱਤਰ ਸਿੰਘ ਦੀ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਮੁਹਾਰ ਪਿੰਡ ਵਾਲਾ ਪੱਟ ਦੇ ਥਾਪੀਆਂ ਮਾਰ ਰਿਹਾ ਫੇਰੂ ਮਾਨੀਆ ਗੋਪੀ ਤਿਆਰ ਹੈ ਰਿਸ਼ਪਾਲ ਨਾਲ ਕਹਿੰਦੇ ਲਾਡੀ ਸ਼ਹੀਦਾਂ ਵਾਲਾ ਪਰ ਇਧਰਲੇ ਪਾਸੇ ਦੇਖਾਂਗੇ ਕਿੰਦਾ ਬੱਲੇ ਬੱਲੇ ਕਰਾਉਂਦਾ ਪਰ ਪੁਆਇੰਟ 14.14 ਹੋ ਗਏ ਹੈ 14.5 ਦੇ 14 ਦਾ ਆਂਕੜਾ ਹੈ ਹਾਫ ਸਮਾਂ ਹੁਣ ਮੈਚ ਐਨ ਬਰੋਬਰੀ ਤੇ ਜਾ ਖੜੇ ਹੈ ਲੈ ਵੀ ਮੱਖੀ ਪਾ ਨੌਜਵਾਨਾਂ ਰੇਡ ਅਗਲੀ ਰੇਡ ਪਾਉਣ ਦੇ ਲਈ ਘਰਿਆਲੇ ਵਾਲਾ ਨੌਜਵਾਨ ਫਿਰ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਸਾਹਮਣੇ ਸੋਨੀ ਬੜੇ ਲੰਬੇ ਸਮੇਂ ਤੋਂ ਕਬੱਡੀ ਖੇਡਦਾ ਆ ਰਿਹਾ ਬੜਾ ਡਾਢਾ ਤਜਰਬਾ ਹੈ ਸੋਨੀ ਦਾ ਬਲਕਾਰਾ ਵੀ ਸ਼ਿਕਾਰ ਮਾਸ਼ੀਆਂ ਵਾਲਾ ਪੁੱਜਿਆ ਹੋਇਆ ਹੈ ਬੜੇ ਲੰਬੇ ਸਮੇਂ ਤੋਂ ਕਬੱਡੀ ਖੇਡਦੇ ਆ ਰਿਹਾ ਖਿਡਾਰੀ ਪਰ ਇਧਰਲੇ ਪਾਸੇ ਦੇਖਾਂਗੇ ਦੋ ਨੰਬਰ ਤੋਂ ਨੌਜਵਾਨ ਨੇ ਫੜੇ ਨੇ ਤੇ ਫੈਸਲੇ ਕੀ ਹੋਣਗੇ ਕੋ ਸਾਹਿਬ ਫੈਸਲੇ ਹੋ ਗਏ ਕਿ ਫੈਸਲੇ ਹੋਣ ਕਰੋੜਾਂ ਦੇ ਲੈਜਣ ਭਰਿਆ ਮੇਲਾ ਲੁੱਟ ਕੇ ਜਾਫੀ ਦਾ ਨਾਮ ਦੱਸਿਓ ਜਮੀਰ ਜੀ ਇਹ ਹੈ ਸੇਵਕ ਦਾ ਪਿੰਡ ਕਿਹੜਾ ਵਡਾਲਾ ਗ੍ਰੰਥੀਆਂ ਵਾਲਾ ਸੇਵਕ ਨੌਜਵਾਨ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਏ ਹੈ ਮੈਂ ਇਸ ਮੈਚ ਤੋਂ ਬਾਅਦ ਬੇਨਤੀ ਕਰਦਾ ਵੀ ਅਗਲਾ ਜੋ ਮੈਚ ਖੇਡਿਆ ਜਾਵੇਗਾ ਟੀਮਾਂ ਤਿਆਰ ਰਹਿਣ ਫਲਪੋਤਾ ਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਇਹ ਸੈਕਿੰਡ ਜਿਹੜਾ ਮੈਚ ਹੋਵੇਗਾ ਟੀਮਾਂ ਬਿਲਕੁਲ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ ਪਿੱਠ ਤੇ ਖੰਡਾ ਖਣਵਾਇਆ ਨੌਜਵਾਨ ਨੇ ਰੇਡ ਪਈ ਆ ਫੇਰੂ ਮਾਨੀਆ ਗੋਪੀ ਲਾ ਪਾਊ ਜਫਾ ਕੇ ਨਹੀਂ ਹੁਣ ਦੇਖਾਂਗੇ ਵੀ ਸਾਰਾ ਪਿੰਡ ਮਿੱਤਰਾਂ ਦਾ ਉਹ ਬੱਲੇ ਬੱਲੇ ਫੇਰੂ ਮਾਨਿਓ ਇੱਕ ਵਾਰੀ ਤਾੜੀ ਜ਼ੋਰਦਾਰ ਇਹ ਹੈ ਗੋਪੀ
ਕਿ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਮਿੱਤਰਾਂ 'ਚ ਖੜਕ ਪਈ ਕੋਈ ਨਿਤਰੂ ਬੜੇ ਮੇ ਖਾਣੀ ਕਿ ਮਿੱਤਰਾਂ 'ਚ ਖੜਕ ਪਈ ਲਓ ਬੋਲੀਆਂ ਪਿੰਡ ਵਾਲਾ ਟੀਨਾ ਇਸ ਸਮੇਂ ਅਗਲੀ ਰੇਡ ਪਾ ਰਿਹਾ ਲਓ ਸਪੈਰੋ ਦੀ ਅਗਲੀ ਰੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਲੱਖਣ ਕੇ ਪੱਡਿਆਂ ਵਾਲੇ ਚਾਚੇ ਦਾ ਵੀ ਧੰਨਵਾਦ ਹੈ ਪ੍ਰਿੰਸ ਵੜੈਚ ਦੇ ਨਾਲ ਯਾਰੀ ਹੈ ਰਾਜੇ ਦੇ ਨਾਲ ਯਾਰੀ ਹੈ ਸਾਡੇ ਵੀਰ ਦੇ ਨਾਲ ਲੱਖਣ ਕੇ ਪੱਡਿਆਂ ਵਾਲੇ ਅਰਵਿੰਦ ਭਲਵਾਨ ਦੀ ਪਰ ਇਧਰਲੇ ਪਾਸੇ ਸਪੈਰੋ ਦੀ ਰੇਡ ਤੇ ਰਿਸ਼ਪਾਲ ਨਹੀਂ ਜਫਾ ਲਾ ਸਕਿਆ ਨੰਬਰ ਫੇਰ ਜਿਹੜਾ ਇਸ ਸਮੇਂ ਸ਼ਿਕਾਰ ਮਾਸ਼ੀਆਂ ਦੀ ਟੀਮ ਦੇ ਲਈ ਜਾ ਜੁੜੇ ਲੈ ਵੀ ਸਭਰਾਵਾਂ ਵਾਲਿਆ ਪਾ ਨੌਜਵਾਨਾਂ ਰੇਡ ਗਗਨ ਆ ਗਿਆ ਅਗਲੀ ਰੇਡ ਪਾਉਣ ਦੇ ਲਈ ਸੱਤ ਮੋਟਰਸਾਈਕਲ ਜਿੱਤੇ ਹੈ ਕੈਂਠੇ ਪਤਾ ਨੀ ਕਿੰਨੇ ਕੁ ਜਿੱਤੇ ਹੋਣਗੇ ਐਲਸੀਡੀਆਂ ਦਾ ਜੇਤੂ ਪਤਾ ਨੀ ਕਿੰਨੀਆਂ ਕੁ ਦਾ ਹੋਵੇਗਾ ਪਰ ਅੱਜ ਮੋਟਰਸਾਈਕਲ ਕੌਣ ਜਿੱਤਦਾ ਇਹ ਸਮੇਂ ਦੇ ਨਾਲ ਫੈਸਲਾ ਕੀਤਾ ਜਾਵੇਗਾ ਸਾਡੇ ਸਤਿਕਾਰਯੋਗ ਕੁੰਦਰ ਸਿੰਘ ਜੀ USA ਵਾਲੇ ਤੇ ਵਿਕਰਮ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਨ੍ਹਾਂ ਦੇ ਵੱਲੋਂ ਅੱਜ ਦੇ ਜਿਹੜੇ ਮੋਟਰਸਾਈਕਲ ਸਪੌਂਸਰ ਨੇ ਬੈਸਟ ਰੇਡਰ ਤੇ ਬੈਸਟ ਜਾਫੀ ਦੇ ਲਈ ਲਓ ਸ਼ਿਕਾਰ ਮਾਸ਼ੀਆਂ ਵਾਲੇ ਮੱਤੇ ਦੀ ਰੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਚੋਲਾ ਸਾਹਿਬ ਦੀ ਟੀਮ ਸਪੌਂਸਰ ਕੀਤੀ ਹੈ ਸਾਡੇ ਵੀਰ ਰਾਜੇ ਉਹਨਾਂ ਨੇ ਪ੍ਰਿੰਸ ਉਹਨਾਂ ਨੇ ਲੱਖਣ ਕੇ ਪੱਡਿਆਂ ਵਾਲੇ ਕਹਿੰਦੇ ਚਾਚੇ ਦੇ ਨਾਲ ਰਲ ਕੇ ਜਿਹੜੀ ਉਹ ਟੀਮ ਬਣਾਈ ਹੈ ਅਨੂ ਵਰਗੇ ਖਿਡਾਰੀ ਆਉਣਗੇ ਲਓ ਇਧਰਲੇ ਪਾਸੇ ਗੋਪੀ ਫੇਰ ਕਰ ਪਾਊ ਕਮਾਲ ਕਿ ਨਹੀਂ ਪਰ ਮਹੱਤਾ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਏ ਹੈ ਲਓ ਸ਼ੀਪੇ ਦੀ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਬੱਦੋ ਵਾਲੀ ਹੈ ਸ਼ੀਪਾ ਫਲਪੋਤੇ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਆਵੇ ਫਲਪੋਤੇ ਦੇ ਪਲੇਅਰ ਤੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੇ ਖਿਡਾਰੀ ਜਿਹੜੇ ਉਹ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਆ ਜਾਣਗੇ ਬਿਨਾਂ ਕਿਸੇ ਦੇਰੀ ਤੋਂ ਲਓ ਇੱਧਰ ਬੱਦੋ ਵਾਲੀ ਹੈ ਸ਼ੀਪਾ ਰੇਡ ਪਾ ਰਿਹਾ ਗੱਗਾ ਤਿਆਰ ਹੈ ਸੇਵਕ ਵੀ ਤਿਆਰ ਹੈ ਨੌਜਵਾਨ ਕਾਂਤਾ ਵੀ ਤਿਆਰ ਪਰ ਤਿਆਰ ਹੈ ਨਾਲ ਸੋਨੀ ਵੀ ਤਿਆਰ ਪਰ ਇਧਰਲੇ ਪਾਸੇ ਸਿੰਘ ਦੇ ਨਾਲ ਮੁਕਾਬਲਾ ਹੋ ਗਿਆ ਬੱਲੇ ਕਿ ਕੱਢ ਕੇ ਬਗਾਨਾ ਪੁੱਤ ਮਾਰਿਆ ਜੋ ਮਾਰੀ ਦਾ ਮੱਖਣ ਚੋ ਬਾਲਣੀ ਕਿ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਕਿ ਮੱਝੀਆਂ ਚਰਾ ਕੇ 12 ਸਾਲ ਨੀ ਕਿ ਚੰਗਾ ਮੁੱਲ ਪਾਇਆ ਸਾਡਾ ਹੀਰੀਏ ਮੱਝੀਆਂ ਚਰਾ ਕੇ 12 ਸਾਲ ਨੀ ਬੱਦੋ ਵਾਲੀ ਸ਼ੀਪਾ ਅੱਜ ਦੇ ਖੇਡ ਮੇਲੇ ਦੇ ਵਿੱਚ ਵੱਧ ਚੜ ਕੇ ਰੇਡਾਂ ਪਾ ਰਿਹਾ ਲਓ ਰੇਡ ਇਧਰਲੇ ਪਾਸੇ ਫਿਰ ਦੇਖਾਂਗੇ ਵੀ ਮੈਦਾਨ ਦੇ ਵਿੱਚ ਪੈਂਦੀ ਹੋਈ ਬਚਿੱਤਰ ਦੀ ਤੇ ਸਾਹਮਣੇ ਲੋਪੋ ਪਿੰਡ ਵਾਲੇ ਰਾਣੇ ਦੇ ਨਾਲ ਮੁਕਾਬਲਾ ਹੋ ਗਿਆ ਪੁਆਇੰਟ ਰੇਡਰ ਦਾ ਜੀ ਰੇਡਰ ਦਾ ਨੰਬਰ ਗੁਰਮੁਖ ਆ ਗਿਆ ਡੇਰਾ ਬਾਬਾ ਨਾਨਕ ਵਾਲਾ ਯੋਧਾ ਵੀ ਆ ਗਿਆ ਨੌਜਵਾਨ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਸੋ ਦੁਨੀਆ ਦੇ 73 ਖਿਡਾਰੀ ਮਾਝੇ ਦੇ ਮਝੈਲ ਅੱਜ ਕਬੱਡੀ ਦੇ ਜੌਹਰ ਪੇਸ਼ ਕਰ ਰਹੇ ਹੈ ਚੋਲਾ ਸਾਹਿਬ ਦੀ ਟੀਮ ਦਾ ਮੁਕਾਬਲਾ ਮਨੋਹਰ ਸਿੰਘ ਜੀ ਕਿਹਦੇ ਨਾਲ ਕਰਵਾਇਆ ਜਾਵੇਗਾ ਦੱਸ ਦਿਓ ਲਾ ਪੈਂਦੀ ਹੋਈ ਰੇਡ ਤੇ ਸੋਨੀ ਭੱਲੇ ਵਾਹ ਕਿ ਮਾਰੀ ਜਦੋਂ ਛਾਲ ਲਾ ਕੇ ਜ਼ੋਰ ਪੱਟਾ ਨਾਲ ਫਿਰ ਅੱਖ ਦੇ ਝਮਕੇ ਦਾ ਕਮਾਲ ਜਿਹਾ ਹੋ ਗਿਆ ਕਿ ਅੱਖ ਦੇ ਝਮਕੇ ਦਾ ਕਮਾਲ ਜਿਹਾ ਹੋ ਗਿਆ ਲੈ ਵੀ ਸਪੈਰੋ ਪਾ ਨੌਜਵਾਨਾਂ ਰੇਡ ਅਗਲੀ ਰੇਡ ਸਪੈਰੋ ਦੀ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਟਕ ਦੇ ਨਾਲ ਕਿ ਦੋ ਪੈਰ ਘੱਟ ਤੁਰਨਾ ਲਓ ਸਪੈਰੋ ਵੱਧ ਕੇ ਰੇਡ ਪਾ ਰਿਹਾ ਸ਼ਹੀਦਾਂ ਪਿੰਡ ਦਾ ਲਾਡੀ ਇੱਕ ਕੰਨੀ ਤੇ ਐਨ ਤਿਆਰ ਪਰ ਤਿਆਰ ਹੈ ਨਾਲ ਦੇਖਾਂਗੇ ਵੀ ਨੌਜਵਾਨ ਰਿਸ਼ਪਾਲ ਸਿੰਘ ਕਹਿੰਦਾ ਵੀ ਮੈਂ ਟੱਕੇ ਦਿਖਾਉਣਾ ਖਿਡਾਰੀ ਨੂੰ ਬੱਲੇ 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 ਕਬੱਡੀ 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 ਨਹੀਂ ਤਾੜੀਆਂ ਬਾਰੇ ਕੀ ਖਿਆਲ ਹੈ ਰਿਸ਼ਪਾਲ ਦੀ ਖੇਡ ਤੋਂ ਖੁਸ਼ ਹੋ ਕੇ ਤਾੜੀਆਂ ਜ਼ੋਰਦਾਰ ਮਾਰਿਆ ਕਰੋ ਦਰਸ਼ਕ ਵੀਰਿਓ ਰਵੀ ਫੇਰੂ ਮਾਨੀਆ ਸਾਡਾ ਵੀਰ ਗੋਪੀ ਦਾ ਵੀਰ ਪੁੱਜੇ ਹੈ
ਕਹਿੰਦੇ ਵੀ ਗੋਪੀ ਦੇ ਲਈ 500 ਦੇ ਮਾਣ ਪੁੱਜਦੇ ਕਰ ਰਿਹਾ। ਰਵੀ ਨੇ ਆਪ ਵੀ ਕਬੱਡੀ ਖੇਡੀ ਹੈ। ਹਾਂ, ਗੁਰੂ ਨਾਨਕ ਕਬੱਡੀ ਕਲੱਬ ਡੇਰਾ ਬਾਬਾ ਨਾਨਕ ਤੇ ਬਾਬਾ ਸੰਤਾ ਸਿੰਘ ਕਬੱਡੀ ਕਲੱਬ ਫਲਪੋਤੇ ਦੀ ਟੀਮ ਲਓ। ਗੱਗੇ ਨੇ ਜੱਫਾ ਲਾ ਲਿਆ, ਗਗਨ ਨੂੰ ਦੇ ਪੁਆਇੰਟ। ਮੈਦਾਨ ਦੇ ਵਿੱਚ ਇਸ ਸਮੇਂ ਸ਼ਿਕਾਰ ਮਾਸ਼ੀਆਂ ਦੀ ਟੀਮ ਦੇ ਲਈ ਜਾ ਜੁੜੀਏ। ਲੈ ਵੀ ਮੱਤਿਆ ਪਾ ਨੌਜਵਾਨਾਂ ਅਗਲੀ ਰੇਡ। ਤੀਸਰਾ ਗੁਰੂ ਨਾਨਕ ਕਬੱਡੀ ਕਲੱਬ ਬਟਾਲਾ ਤੇ ਚੋਲਾ ਸਾਹਿਬ ਦਾ ਤੀਸਰਾ ਮੈਚ ਖੇਡਿਆ ਜਾਵੇਗਾ। ਟੀਮਾਂ ਤਿਆਰ ਰਹਿਣ। ਲਓ ਮੱਤੇ ਦੀ ਫਿਰ ਰੇਡ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਚੋਲਾ ਸਾਹਿਬ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਦੀ ਟੀਮਾਂ ਬਿਲਕੁਲ ਤਿਆਰ ਰਹਿਣਗੀਆਂ। ਚੋਲਾ ਸਾਹਿਬ ਦੇ ਵਿੱਚ ਵੀ ਦੁਨੀਆਂ ਦੇ 73 ਖੇਡਣਗੇ। ਲਓ ਲਓ ਲਾਡੀ ਬੱਲੇ ਬੱਲੇ ਕੇ ਲੱਕ ਫੜਾਇਆ ਤੇ ਗਿਆ, ਅਮਲੀ ਨੁਹਾਇਆ ਤੇ ਗਿਆ। ਬੱਲੇ 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 ਕਬੱਡੀ 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 ਲਾਡੀ ਬਈ ਤਾੜੀਆਂ ਇੱਕ ਵਾਰੀ ਲਾਡੀ ਦੇ ਨਾਂ ਤੇ ਵੀ ਜ਼ੋਰਦਾਰ ਮਾਰ ਦਿਓ। ਸ਼ਹੀਦਾਂ ਵਾਲਾ ਲਾਡੀ ਜਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਗਿਆ। ਬੱਦੋ ਵਾਲੀ ਸ਼ੀਪੇ ਦੀ ਮੈਦਾਨ ਦੇ ਵਿੱਚ ਰੇਡ। ਇੱਧਰ ਸਾਡਾ ਵੀਰ ਪੀਤੂ ਵੀ ਦੇਖ ਰਿਹਾ। ਪੀਤੂ ਦੀ ਕਹਿੰਦੇ ਯਾਰੀ ਹੈ ਸਾਡੇ ਵੀਰ ਰਾਜੇ ਹੋਣਾ ਦੇ ਨਾਲ, ਪ੍ਰਿੰਸ ਹੋਣਾ ਦੇ ਨਾਲ, ਜਿਹੜੇ ਇਟਲੀ ਦੇ ਵਿੱਚ ਬੈਠੇ ਆਨੰਦ ਮਾਰ ਰਹੇ ਹੈ। ਸਾਬੂ ਵੀਰ ਵੀ ਪੁੱਜਿਆ ਹੋਇਆ ਇਟਲੀ ਤੋਂ। ਵਿਸ਼ੇਸ਼ ਤੌਰ ਤੇ ਉਸ ਵੀਰ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ। ਕਬੱਡੀ ਖਿਡਾਰਨ ਸੁਖੀ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ। ਪਰ ਇਧਰਲੇ ਪਾਸੇ ਪਲਕਾਰਾ ਵੀ ਆਨ ਸੈੱਟ ਦੇ ਵਿੱਚ ਖੜੇ ਆ। ਪਰ ਸੋਨੀ ਕਹਿੰਦਾ ਮੈਂ ਧੱਕੇ ਦਿਖਾਉਣਾ ਖਿਡਾਰੀ ਨੂੰ ਪੁਆਇੰਟ। ਫਿਰ ਉਹ ਚੇਚੀ ਵਾਲੇ ਸੋਨੀ ਨੇ ਆਪਣੀ ਟੀਮ ਦੇ ਲਈ ਜੋੜ ਲਿਆ। ਲੈ ਵੀ 75 ਸਿਆ ਪਾ ਨੌਜਵਾਨਾਂ ਰੇਡ। ਉਧਰ ਫੇਰੂ ਮਾਨੀਆ ਰਵੀ ਸਾਡਾ ਵੀਰ ਆਇਆ। ਰਵੀ ਕਹਿੰਦਾ ਵੀ ਗੋਪੀ ਦਾ ਹਰ ਜਫਾ ਜਿਹੜਾ 500 ਦਾ ਹੋਵੇਗਾ। ਲਓ ਰਾਣਾ ਲੋਪੋ ਵਾਲੇ ਰਾਣੇ ਦੇ ਨਾਲ ਮੁਕਾਬਲਾ ਤੇ ਪੁਆਇੰਟ 75 ਸਿੰਘ ਆਪਣੀ ਟੀਮ ਕਰ ਗਏ। ਬਿਲਕੁਲ ਆਖਰੀ ਪੜਾਅ ਦੇ ਉੱਪਰ ਮੈਚ ਖੇਡਿਆ ਜਾ ਰਿਹਾ। ਲਾਸਟ ਰੇਡਾਂ ਨੇ ਮੈਚ ਥੋੜਾ ਜਿਹਾ ਫਾਸਟ ਹੋ ਗਿਆ। ਐਨ ਫਸਿਆ ਪਿਆ ਮੈਚ ਹੈ ਦੋਵਾਂ ਟੀਮਾਂ ਦੇ ਵਿਚਕਾਰ। ਲਓ ਮੱਖਣ ਮੱਖੀ ਛੋਟਾ ਮੱਖੀ ਰੇਡ ਪਾ ਰਹੇ ਹੈ। ਚਾਰਾਂ ਦੇ ਵਿੱਚੋਂ ਸੋਨੀ ਬਲਕਾਰਾ ਨਾਲ ਦੇਖਾ ਗਿਆ ਵੀ ਨੌਜਰ ਕਾਂਤਾ ਭੱਲੇ ਬੱਲੇ ਭੱਲੇ ਕਰਵਾ ਪਾਊ ਕੇ ਨਹੀਂ। ਹੁਣ ਦੇਖਾਂਗੇ ਵੀ ਸਿੰਘ ਇਸ ਕਿੰਗ ਇਸ ਸਮੇਂ ਟੱਕਣ ਦੀ ਕੋਸ਼ਿਸ਼ ਕਰਦਾ ਵੱਜਦੇ ਧੱਕੇ ਤੇ ਨੰਬਰ ਰੇਡਰ ਦਾ ਕਿ ਜੋੜ ਤੇ ਜਵਾਨੀ ਦੋਵੇਂ ਉਮਰਾਂ ਦੀ ਖੇਡ ਕਿ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਕਿ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ। ਲਓ ਸੁਨੀਤ ਪਾਲ ਸਿੰਘ ਦੀ ਰੇਡ ਮੈਦਾਨ ਦੇ ਵਿੱਚ ਪੈ ਗਈ ਹੈ। ਵਾਹ ਵੀ ਸੁਨੀਤ ਪਾਲ ਸਿਆ ਲਾਟ। ਜਦੋਂ ਸੁਨੀਤ ਪਾਲ ਰੇਡ ਪਾਉਂਦਾ ਤੇ ਲਾਟ ਗੁਰਦਾਸਪੁਰੀਏ ਦੇ ਵਾਂਗੂ ਭੱਜਦਾ ਨੌਜਵਾਨ ਬੈਕ। ਸੁਨੀਤ ਪਾਲ ਸਿੰਘ ਆਉਣ ਵਾਲੇ ਸਮੇਂ ਦਾ ਹੋਰ ਵੱਡਾ ਖਿਡਾਰੀ ਬਣੂ। ਲਓ ਅਗਲੀ ਰੇਡ ਟੀਨੇ ਦੀ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਰਵੀ ਸਿਆ ਜ਼ੋਰ ਲੱਗਿਆ ਕਲਸੀ ਸਾਹਿਬ ਉਹਨਾਂ ਦਾ ਵੀ ਸਾਡੀ ਟੀਮ ਅੱਜ ਦੇ ਮੈਚ ਦੇ ਵਿੱਚ ਜਿੱਤੇ। ਪਰ ਗੋਲੀਆਂ ਵਾਲੇ ਟੀਨੇ ਦੀ ਰੇਡ ਮੈਦਾਨ ਦੇ ਵਿੱਚ ਪੈ ਗਈ ਹੈ। ਬਲਕਾਰਾ ਤਿਆਰ ਹੈ ਨਾਲ ਦੇਖਾਂਗੇ ਵੀ ਸੋਨੀ ਤਿਆਰ ਸਾਬੀ ਬਿਲਕੁਲ ਤਿਆਰ ਪਰ ਤਿਆਰ ਨਾਲ ਗੱਗਾ ਵੀ ਬਿਲਕੁਲ ਤਿਆਰ ਹੈ ਪਰ ਬਲਕਾਰਾ ਬੱਲੇ ਬੱਲੇ ਤੇ ਨੰਬਰ ਟੀਨਾ ਟੀਨੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਲਿਆ। ਗੋਲੀਆਂ ਵਾਲੇ ਟੀਨੇ ਨੇ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਸਲਾਨਾ ਕਬੱਡੀ ਕੱਪ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ। ਸ਼ਹੀਦ ਬਾਬਾ ਵੀਰ ਸਿੰਘ ਜੀ ਸਟੇਡੀਅਮ ਪਿੰਡ ਲਿੱਧੜਾਂ ਦੇ ਵਿੱਚ ਰੌਣਕਾਂ ਅੱਜ ਦੇ ਕਬੱਡੀ ਕੱਪ ਦੀਆਂ ਲੱਗੀਆਂ ਹੋਈਆਂ। 51 ਤੇ 41 ਫਸਟ ਸੈਕਿੰਡ ਇਨਾਮ ਹੋਵੇਗਾ। ਜਿਹੜੀਆਂ ਟੀਮਾਂ ਦੇ ਖਿਡਾਰੀ ਬੈਸਟ ਆਉਣਗੇ ਉਹਨਾਂ ਦੇ ਮੋਟਰਸਾਈਕਲਾਂ ਦੇ ਨਾਲ ਸਨਮਾਨ ਕੀਤੇ ਜਾਣਗੇ। ਸਾਡੇ ਕੁੰਦਨ ਸਿੰਘ ਜੀ USA ਵਾਲੇ ਤੇ ਸਾਡੇ ਬਿਕਰਮ ਸਿੰਘ ਜੀ ਆਸਟ੍ਰੇਲੀਆ ਵਾਲੇ ਜਿਹੜੇ ਮੋਟਰਸਾਈਕਲਾਂ ਦੇ ਸਪਾਂਸਰ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ। ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੁਹੱਬਤ ਜੋਤ ਇਟਲੀ, ਬਿਕਰਮ ਇਟਲੀ, ਪ੍ਰਿਥੀ ਇਟਲੀ ਤੇ ਹਰੀ ਇਟਲੀ, ਰਣਜੀਤ ਸਿੰਘ ਫੌਜੀ, ਸੋ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ ਕੀਤਾ ਜਾ ਰਿਹਾ। ਤੇ ਇੱਧਰ ਗਗਨ ਸਭਰਾਵਾਂ ਦੀ ਧਰਤੀ ਦਾ ਪੁਆਇੰਟ ਘਰਿਆਲੇ ਦੀ ਟੀਮ ਦੇ ਖਾਤੇ ਜਾ ਜੁੜਿਆ। ਅਗਲੀ ਰੇਡ ਫਿਰ ਮੱਤੇ ਦੀ ਮੈਦਾਨ ਦੇ ਵਿੱਚ ਪੈਣ ਜਾ ਰਹੀ ਹੈ। ਮੱਤਾ ਸ਼ਿਕਾਰ ਮਾਸ਼ੀਆਂ ਵਾਲਾ ਕਬੱਡੀ ਪਾ ਰਿਹਾ। ਸ਼ੇਰਾ ਵੀ ਆ ਗਿਆ ਫਲਪੋਤੇ ਵਾਲਾ।
फलबोते वाले शेरे का धन्यवाद है। फगवाड़े तो चल के आई है टीम, फगवाड़े के लागे बिल्कुल लागे करके कदे रुड़के दीआं गल्लां आउंदीआं ने, कदे फलबोते दीआं गल्लां आउंदीआं ने, पर अज शिकार माछियां वाले मत्ते दीआं गल्लां हो रहीआं ने। रिशपाल सिंह दक्कण की कोशिश कर रहा है, हुण देखांगे भी ला पाऊ जफा के नहीं लग्या पिया। चोर पॉइंट पॉइंट रेडर दा मत्ते दा नंबर। अगली रेड केड़े खिलाड़ी दी पैण जा रही है, लै भी टीनिया लाओ टीने दी रेड। भाई जी कली पवा दिओ जी जरूर, साडे बहुत ही सत्कारयोग वरिंदर कैशियर जी। हाँ तीसरा मैच चोला साहब दे डेरा बाबा नानक, और चौथा मैच बुढ़ा थे ते गुरु अंगद देव कबड्डी क्लब हुशियारपुर। ये चौथे मैच लई टीमां ग्राउंड दे विच आ जाण। ठीक है जी, ठीक है। गुरु नानक कबड्डी क्लब बाबा संता सिंह कबड्डी क्लब फलबोते दी टीम आ गई है। गुरु नानक कबड्डी क्लब गुरदासपुर दी टीम दे खिडारियां दे अगे बेनती है भी वह भी ग्राउंड दे विच आ जाण। सबे खिडारी लाओ बचित्तर दी रेड पैण जा रही है। बचित्तर सिंह गोपी जे गोपी जफा लावे ते 500 रवि साडे वीर दे वल्लों होवेगा, पर उधरले पासे लाडी नाल राणा, पर इधरले पासे किंदा चौड़े मदरे वाला नौजवान जफा लाउण दी कोशिश कर रहे हैं ते जफा जिहड़ा लग गया है। हाँ वीर जेडे हजे नहीं खेडदे प्लीज उन्हां दे अगे बेनती है भी बैठ जाओ, जिहड़ी पिछे संगत खड़ी है उन्हां नूं दिख नहीं रहा, प्लीज प्लीज बैठ जाओ जो जी प्लीज। हाँ बैठ जाओ प्लीज साढ़े वीर, क्योंकि जेडे पिछे खड़े है ना कबड्डी का स्वाद लै रहे हैं, जेडे उधर कोठे ते चढ़े है वह भी कबड्डी का स्वाद लै रहे हैं, ताड़ियां मार रहे ने। लो रेड गगन की पै चुकी है, सामने कंटा कर पाओ कमाल के नहीं बल्ले। सिख सरदार डकण की कोशिश करता बन गया थम कबड्डी, कबड्डी के नंबर रेडर का गगन सभरावां वाला घरियाले की टीम के लिए पॉइंट का वाधा करके। खोज साहब आखिरी पला दे मैच खेडिया जा रहा, बिल्कुल कुछ कु रेडा बाकी ने, कुछ कु रेडा बाकी ने इस चलते मैच दियां। मनोहर सिंह जी देखो रेड पैंदी कि पैंदियां ने रेडा ते जफे जदों लगदे पैंदियां होईयां रेडा ते इधरले पासे लाडी शहीदां वाला नौजवान ला पाऊ जफा के नहीं बल्ले। कि भज्जिया नूं इको जिहे बाण मित्रो, अज टक्करे ने हाणियां नूं हाण मित्रो, कि राजा ठेला लिखे गल लख लख दी, कि धुम पै गई मित्रो लिदड़ां दे कबड्डी कप दी, धुम पै गई मित्रो लिदड़ां दे कबड्डी कप दी। लाओ मक्खी कला वाला नौजवान रेड पा रहे है, इहनूं छोटा मक्खी आखदे है, जिन्हें रेड पाई है। बलकारा तैयार है, राणा भी तैयार वर तैयार, पर शिकार माशियां वाले बलकारे तो पॉइंट मक्खी ने जोड़ ले है। कि दुनिया फैन है यारां दी, यार फैन ओहदियां दातां दे, उस मालक की बड़ी देन है इस खिडारी के उपर बलकारे के उपर। कदे कनेडा कदे अमेरिका ते कदे यूरोप के खेड ग्राउंडां दे विच खेडदा नौजवान जगे दियोल पिंके सेखो उन्हां दी टीम दे लई, शंभू धनोआ स्पेन वाला। पर इधरले पासे देखांगे भी नौजवान स्पैरो दा मुकाबला हो गया बल्ले, वार नहीं रिसा बज गई कैंची बल्ले 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 बल्ले, चौड़े मदरे वाला किंदा ते ताड़ियां रेडर दे लई बजू जाफर जाफी दे लई बजू, ताड़ियां जोरदार मार दिओ इक वारी किंदे ने नाते। एक रेड बाकी है, एक रेड बाकी है, पर समाप्ति है। सुखा नरंजनपुरिया भी आ गया है, माझे दा नौजवान ये भी बड़ा धुरंधर खिडारी है। लै भी सुखिया है तेरा भी, अज दे इस खेड मेले दे पुजण दे जीआं नूं जर्मन भी है, जर्मन दा भी धन्नवाद है। चढ़दी वरेस दे खिडारी है जर्मन वर्गे साडे वीर, फलपुरते दी टीम आई है। बढ़िया
हाँ जी स्कोर संदीप भाई शिकार माशिया के पॉइंट ने 26 नंबर ते करियाले दे पॉइंट ने 26 दे मुकाबले 28.5 पॉइंट 28.5 पॉइंटा दे नाल करियाले दी टीम जेतू है। एक बारी करियाले दे प्लेयरां दे नाम ते जोरदार ताड़ी मार दो जिन्नी भी संगत आई है आज दे सम्मेलन नू देखण दे लई। ते इसे मुकाबले तो बाद अगला मैच जिहड़ा साडा वीर शिव योधिया वाला लगावेगा उस तो बाद फिर संगतां दे नाल रूबरू होवांगे। लै वी योधिया वालिया टीमा बिल्कुल तैयार ने। उधर साडे वीर कुंदर सिंह जी यूएसए बिक्रम सिंह जी आस्ट्रेलिया नाल साडे बहुत ही सत्कारयोग राजा गिल साबू गिल प्रिंस जोरा ब्रदर इटली गोल सतराम सिंह साडा वीर पंजाब पुलिस इस वीर का भी धन्यवाद है। तो उधर साडे सत्कारयोग वीर दे विच नाम है संता सिंह जी मास्टर सतपाल सिंह जी शाह गिल अवतार सिंह सरबजीत सिंह जी मैंबर उन्हां दा विशेष तौर पर धन्यवाद है। सरदार सरबजीत सिंह जी मेरे परम प्रिय मित्रां दे विचों इक ने। मखण सिंह जी मैंबर सरबजीत सिंह जी फौजी ते संदीप सिंह सोनी गोपी दा सन्मान किया जाएगा। गोपी फेरू मानिए दा मान सन्मान जिहड़ा विशेष तौर पर किया जाएगा। रवि भी आया फेरू मान वाला धन्यवाद है। मोहब्बत जोत इटली बिक्रम इटली पृथ्वी इटली ते हरी इटली रणजीत सिंह फौजी ना सारे भीर का धन्यवाद है। लै भी योधिया वाले हुण पा बात टीमां दे खिलाड़ी जिहड़े पुज चुके आ रैफरी साहब आपां विसल मार के जल्दी तो जल्दी मुकाबला शुरू करवा दईए क्योंकि मौसम भी जिहड़ा अज थोड़ा जिहा कबड्डी दे खिलाफ है पर मालक मेहर रखे जिस तरह के खिलाड़ी आए है उस तरह संगत अज कबड्डी देखने के लिए आईया ने। सारे का चलिया हुआ एक एक कदम साढ़े प्रबंधक वीर साढ़े एन आर आई वीर सिर मत्थे है। तो अगली गल साडा वीर शिव योधिया वाला शिव का साढ़े इलाके 11,000 के नाल मान सम्मान किया है। सो इस वीर का विशेष तौर पर धन्यवाद है। साढ़े इलाके नौजवान का 11,000 रुपए के नाल मान सम्मान होया है विशेष तौर पर धन्यवाद है। अगली सांझ पाने के लिए साडा वीर माइक दे। हैलो वाहिगुरु हैलो साडे एरिए दा माण माण गोत है ते माण अज कहिंदे लिदड़ां वाले शहीद बाबा वीर सिंह स्पोर्ट्स क्लब वालियां ने फेरू मान दे ओ गोपी गोपी होई पई आ सारे पासे उस वीर दा माण सन्मान जिहड़ा कीता जाण लगा है। राजवीर भी वेखदा जल्लू पर खैड़ियां वाला पर कहिंदे हीरा ओ खिलाड़ी आ कहिंदा शिव मेरे सट लागी पर मैं भरा अपने नूं स्टारां दे विच खिडाउणा है ते वागे स्टार प्लेयर है गोपी फेरू मानिया गल कहण वाली नहीं है। फेरू मानिया गोपी ने जिन्ने मोटरसाइकिल दिते है वह स्टार ही जित सकता है। एक कबड्डी का स्टार जाफी है गोपी फेरू मानिया फरंदीपुर के जट दियां गल्लां हुंदियां है कहिंदे जंगी वालियां गोपी दियां गल्लां हुंदियां पर सानूं माण है रईए एरिए का गोपी फेरू मानिया ये माण कहिंदे साडे वीरां ने कीता है। सतवंत भाजी के नाल मनोहर सिंह जी गिल उन्होंने हुण आपां कबड्डी नाल जोड़िए। दर्शक वीरियो दूजा मुकाबला कबड्डी ओपन का शुरू होने लगा है। मेरे तो खब्बे पासे नानक सर कबड्डी क्लब गुरदासपुर ते दूजे पासे कहिंदे जदों रेड पई है यह है मेरे वीरियो टिब्बी खालसे पिंड का दीपा पहली कबड्डी पाने वास्ते फलपोते की क्लब लोतावा बोलिया है ऐ उच्चे लंबे कद का गभरू मेरे वीरियो चौड़े मधरिया वाले टक्कर करके दीपा दीपा दीप का मतलब कहिंदे रोशनी हुंदी है पर सोना भाजी ते गोल्डी होनी ते मनोहर भाजी उन्हां दा बड़ा जोर लगा है। जस गिल भी कहिंदे माण करदा अपने भरा ते जिहड़ा आस्ट्रेलिया विच वसदा है विक्रमजीत उहदा धन्नवाद जसवीर वल्लों अज मोटरसाइकिल
बेस्ट रेडर दिते जाने हैं सरदार कुंदन सिंह जी वालों कुंदन सिंह जी यूएसए वाले वालों दूजा मोटरसाइकिल स्पॉन्सर किया गया है आओ दर्शक वीरियो केदी कबड्डी है वीले बजू वाले गगन की कबड्डी है यह वीले बजू वाला गगन ते कोशिश की फलपोते वालों सिमी रुड़के कलां वाले ने मेरे वीरियो पर पॉइंट कहते रेडर के खाते जुड़ चुके हैं अगली कबड्डी पाउण दे वास्ते मनी नौजवान कहते डलेवाल की धरती का जरा कहने फलपोते क्लब जिले जलंधर के वालों कबड्डिया पा रहे हैं उधर कहने सच्ची बोली बोलता बैंटी चौड़े मदरिया वाला दौलत जी बुढ़े थे वाले फैसला करते हैं कि नंबर रेडर के खाते लिख दियो मेरी बेनती है जोड़े खिलाड़ी ग्राउंड चुनते हैं वो मेहरबानी करके तुर फिर रहन क्योंकि जी संगत वो स्क्रीन लागे खलोती है वह कहते कि शिव साडेगढ़ जो प्लेयर आ जाते हैं साडा सारा स्वाद मर जाता है स्वाद कबड्डी का लै रहे हैं उदा खाने वाली चीज का स्वाद आता है पर कबड्डी यहोजी चीज है जिसे कहते नरंजनपुर जो कबड्डिया पाँगा सुखा तो स्वाद बल्ले 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 ओ वाह नौजवाना अमन है मेरे वीरियो जिन्हें कोशिश की पर सुरजीत सिंह का पोता अपने घर पहुंच चुके है नानक सर का नंबर हाँ माण है सानू सरदार कुंदन सिंह जी यूएसए वालों से उन्होंने करके कहने मेला जरका पहला करा पाया सोना जी जानकारी देंगे है मनोहर सिंह जी पर टक्कर तो बार गल करा भाव नौजवान ध्यानपुर पिंड है ये दो भरा खेडते हैं लोहरी ते भूरी पर एक भूरी कहते खिलाड़ी है बूले नंगल का जेरे उत्ते माण है मोटरसाइकिल के कड़िया का जेतू है ढोली वीर कहता कि मैं ढोल बजा लिया है हुण मेरी बेनती है कि संगत मान सम्मान जरूर करे उधर सरदार कुंदन सिंह जी वो कहते शिव मैं पाठ कर आवा जपजी साहब का फिर आप नोटा लामी भरावे उन्होंने वालों एक मोटरसाइकिल है कुंदन सिंह जी यूएसए ते बिक्रमजीत आस्ट्रेलिया वालों दूजा आने सार एक लख देना बिक्रमजीत ने यह माण वाली गल है हाँ बिक्रमजीत भी ऐलान किया जा रहा है मालवे वाले करी पचकाए हैं जी नौजवान सेंटर च मालवा टीवी डॉट कॉम बिक्रमजीत जी की कहते हैं बलजीत मंज ठक्करवाल ये मैनेजर साहब है जी कंपनी का ठक्करवाल वाला लो 51,000 रुपया तो बिक्रमजीत जी ने कहते पहला दिता है तो 11,000 रुपया बिक्रम के मैनेजर साहब ठक्कर संधु वाले कहते संयोग दे रहे हैं बलजीत मंज उहदा बहुत बहुत धन्यवाद 51 दे नाल 11 होयो होर जोड़ते हैं 62,000 रुपया धन्यवाद मैच जोड़िए गोल्डी जी बहुत बहुत धन्यवाद तुहाडा भी जोर लगा है कबड्डी विच मुंडियां दा लगा है फुलपोते दे चार मन्ने परमन्ने जिले जलंधर वाले हुण कहिंदे दकोए पिंड वाले प्रताप सिंह की कबड्डी है जिस पिंड दे विच कहिंदे शहीद अजीत सिंह ने जन्म लिया है वह 1998 विच कहिंदे कारगिल की जंग में शहीद होए उन्होंने पिंड का कहिंदे गभरू कबड्डियां पा रहा है जिन्होंने ना तो गैस एजेंसी चलती है दीपा चलिया पिद्दी खालसा पिंड है मेरे वीरियो फगवाड़े का एरिया साधु सौं का मुंडा कहिंदे दीपा पिद्दी खालसे वाला कबड्डी पा रहा है नहीं जद कौडी की उत्ती आवे मुंडा डंड बैठक लावे लो दूजे पासे अवान पिंड वाले ने कोशिश की है पर फैसला कहिंदे दौलत सिंह जी बुढ़े थे अजनाले वाले ने कर दिता है अगली कबड्डी पूरी बूले नंगल वाले की इस तों बाद डेरा बाबा नानक ते चोहला साहब ये दोनों टीम नैक्सट मैच के वास्ते अपनी तैयारी फड़ना चोहला साहब के डेरे बाबे नानक का अगला मुकाबला खेडिया जाएगा कबड्डी क्लबां का तीजा बिक्रमजीत जी जुड़े ने होर भी जिन्हें इटली वाले राजे होनी प्रिंस होनी मेरी जिंदगी दे पर मित्र राजा सभा का कहने पंजाब च आ गया है कोई घाट है करते ने पूरी रोज थोड़ा ठंडा काम है मैं पता है ते गर्म मित्रा करो नानक सर गुरदासपुर वाले सुका ना जाए मुंडा तेरे सामने चढ़ती उम्र का कबड्डी पा रहा मनी
ਦੱਲੇਵਾਲ ਦਾ ਮਨੀ ਮਨੀ ਕਹਿੰਦੇ ਰਾਸ਼ੀ ਨੂੰ ਕਹਿੰਦੇ ਆ ਮਨੀ ਕਹਿੰਦੇ ਆ ਮਾਇਆ ਨੂੰ ਕਹਿੰਦੇ ਆ ਮਨੀ ਤਾਂ ਕਹਿੰਦੇ ਸ਼ਕਤੀਮਾਨ ਇਹ ਰੋਂਦਾ ਸੀ ਉਹਦੇ ਵਿੱਚ ਕਹਿੰਦੇ ਕਿਲਵਿਸ਼ ਦੇ ਕੋਲ ਹੁੰਦੀ ਸੀ ਪਰ ਇਹ ਮਨੀ ਕਹਿੰਦੇ ਕਿੱਥੋਂ ਆਇਆ ਡੱਲੇਵਾਲ ਪਿੰਡ ਤੋਂ ਆਇਆ ਜਿਹੜਾ ਫਲਪੋਤੇ ਦਾ ਖਿਡਾਰੀ ਆ ਮੇਰੇ ਵੀਰਿਓ ਅਗਲੀ ਕਬੱਡੀ ਕਹਿੰਦੇ ਨਾਨਕਸਰ ਕਲੱਬ ਵੱਲੋਂ ਇਹ ਆ ਵੀਲੇ ਪੱਜੂ ਪਿੰਡ ਕਿੱਥੇ ਕੁ ਪੈਂਦਾ ਬਤਾਲਾ ਤੇ ਬਤਾਲੇ ਤੋਂ ਲੰਘੇ ਆਪਦੇ ਗਵਾਂਢ ਵੀਲਾ ਤੇ ਪੱਜੂ ਹੈ ਉਸ ਪਿੰਡ ਦੇ ਊਧਮ ਸਿੰਘ ਲੰਬੜਦਾਰ ਦਾ ਪੋਤਾ ਤੇ ਸੁਖਦੇਵ ਸਿੰਘ ਚੇਅਰਮੈਨ ਦਾ ਪੁੱਤ ਇਸ਼ਾਰੇ ਕਰਦਾ ਹੈ ਕਿ ਨੰਬਰ ਮੇਰੇ ਵਾਲੇ ਪਾਸੇ ਨਾਨਕਸਰ ਕਲੱਬ ਦੇ ਖਾਤੇ ਲਿਖ ਦਿਓ ਧਿਆਨਪੁਰ ਕਹਿੰਦੇ ਬਾਬੇ ਬਕਾਲੇ ਸਾਹਿਬ ਲਾਗੇ ਹੈ ਇਸ ਵਕਤ ਧਿਆਨਪੁਰ ਵੱਲੋਂ ਭੂਰੀ ਦੀ ਕਬੱਡੀ ਹੈ ਦੋ ਭੂਰੀ ਨਾਂ ਦੇ ਖਿਡਾਰੀ ਖੇਡਦੇ ਹੈ ਇੱਕ ਬੂਲੇ ਨੰਗਲ ਇੱਕ ਧਿਆਨਪੁਰੀਆ ਆ ਗਿਆ ਮੇਰੇ ਵੀਰਿਓ ਖਲਚੀਆਂ ਤੇ ਰਈਆ ਵਿਚਕਾਰ ਕਹਿੰਦੇ ਢਾਬਾ ਆਉਂਦਾ ਮੱਲੀ ਤੇ ਸੰਧੂ ਉੱਥੋਂ ਮੁੜ ਮੁੜਦਾ ਤੇ ਉਸ ਪਿੰਡ ਦੇ ਸਰਦਾਰ ਜੱਸਾ ਸਿੰਘ ਸਰਪੰਚ ਦਾ ਮੁੰਡਾ ਜੱਸਾ ਸਿੰਘ ਦਾ ਪਿੰਡੂ ਤੇ ਸਰਦਾਰ ਜਗਤਾਰ ਸਿੰਘ ਨਿਹੰਗ ਸਿੰਘ ਦਾ ਪੁੱਤ ਸਰਜੀਤ ਸਿੰਘ ਦਾ ਪੋਤਾ ਇੰਗਲੈਂਡ ਵੀ ਖੇਡਿਆ ਕੈਨੇਡਾ ਵੀ ਖੇਡਿਆ ਮੇਰੇ ਵੀਰੋ ਲੀਗ ਵੀ ਤਗੜੀ ਖੇਡਿਆ ਦੁਬਈ ਦੇ ਵਿੱਚ ਨਾਂ ਚੱਲਦਾ ਇਹ ਆ ਮੇਰੇ ਵੀਰੋ ਜੱਸਾ ਸਿੰਘ ਸਰਪੰਚ ਦਾ ਪਿੰਡੂ ਤੇ ਜਗਤਾਰ ਸਿੰਘ ਨੂੰ ਡਾਕੂ ਦਾ ਖਿਤਾਬ ਮਿਲਿਆ ਸੁੱਖਾ ਨਿਰੰਜਨਪੁਰੀਆ ਮਹਾਨ ਖਿਡਾਰੀ ਆ ਮੇਰੇ ਵੀਰਿਓ ਬਿਹਤਰੀਨ ਪੁਆਇੰਟ ਜੋੜ ਗਿਆ ਨਾਨਕਸਰ ਕਬੱਡੀ ਕਲੱਬ ਦੇ ਵਾਸਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਸਰਦਾਰ ਬਿਕਰਮਜੀਤ ਜੀ ਤੇ ਸਰਦਾਰ ਕੁੰਦਨ ਸਿੰਘ ਜੀ ਜਿਨ੍ਹਾਂ ਵੱਲੋਂ ਕਹਿੰਦੇ ਮੋਟਰਸਾਈਕਲ ਦਿੱਤੇ ਜਾਣੇ ਵਧੀਆ ਰੇਡਰ ਤੇ ਜਾਫੀ ਨੂੰ ਲੋ ਨੰਬਰ ਕਹਿੰਦੇ ਫਲਪੋਤੇ ਦੇ ਵਾਸਤੇ ਜੁੜ ਚੁੱਕਿਆ ਹੈ ਬਲਜੀਤ ਸਿੰਘ ਜੀ ਮੰਡ ਠੱਕਰ ਸੰਧੂ ਵਾਲੇ ਉਹਨਾਂ ਵੱਲੋਂ ਕਹਿੰਦੇ ਬਿਕਰਮਜੀਤ ਉਹਦੀ ਹਾਂ ਬਿਕਰਮਜੀਤ ਮੰਝ ਤੇਰੇ ਭਾਈ ਬਿਕਰਮਜੀਤ ਕੰਪਨੀ ਉਹਦੀ ਕੰਪਨੀ ਦੇ ਮੈਨੇਜਰ ਬਲਜੀਤ ਸਿੰਘ ਮੰਝ ਠੱਕਰ ਸੰਧੂ ਵਾਲੇ ਕਹਿੰਦੇ 11,000 ਦਾ ਸਹਿਯੋਗ ਦਿੰਦੇ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਠੱਕਰ ਸੰਧੂ ਵਾਲਿਓ ਤੇ ਬਿਕਰਮਜੀਤ ਮਾਣ ਤੈਨੂੰ ਆਪਣੇ ਮੈਨੇਜਰ ਸਾਹਿਬ ਦੇ ਉੱਤੇ ਇਸੇ ਤਰ੍ਹਾਂ ਮਾਣ ਰਵੇ ਤੇ ਬਿਕਰਮਜੀਤ ਕਹਿੰਦਾ ਉਹਨੇ ਸਾਲੇ 1,00,000 ਯੋਗਦਾਨ ਦੇਵਾਂਗੇ ਮਾਲਵਾ TV.com ਵਾਲਿਆਂ ਦਾ ਧੰਨਵਾਦ ਕਿ ਗੁੰਦਵੇਂ ਸਰੀਰ ਯਾਰੋ ਕਬੱਡੀ ਵਿੱਚ ਪਾਉਣ ਤੋਂ ਮਾਂ ਕੀ ਕਹਿਣਾ ਗੱਭਰੂ ਨਰਾਲਿਆਂ ਦਾ ਜਿਸ ਖੇਡ ਨੂੰ ਦੇਖਣਾ ਨਹੀਂ ਸੀ ਕੋਈ ਚਾਹੁੰਦਾ ਉਸ ਖੇਡ ਨੇ ਮੁੱਲ ਪਾਇਆ ਸਰੀਰਾਂ ਪਾਲਿਆਂ ਦਾ ਉਹ ਕਬੱਡੀ ਧਰਤੀ ਤੋਂ ਅੰਬਰਾਂ ਨੂੰ ਛੂਣ ਲੱਗੀ ਧੰਨਵਾਦ ਕਰੀਏ NRI ਵੀਰਾਂ ਦੇ ਉਪਰਾਲਿਆਂ ਦਾ ਲੋਕੀ ਵਿਦੇਸ਼ਾਂ ਵਿੱਚ ਬਹਿ ਕੇ ਆਉਣ ਲੈਣ ਤੱਕ ਦੇ ਫੱਤੋਵਾਲ ਸੋਨੂ ਧੰਨਵਾਦ ਕਰੀਏ ਕਬੱਡੀ ਮਾਲਵਾ TV.com ਵਾਲਿਆਂ ਦਾ ਮਾਲਵਾ TV ਦਾ ਕੈਮਰਾ ਤੇ ਆ ਗਿਆ ਨੌਜਵਾਨ ਪਿੱਧੀ ਖਾਲਸਾ ਪਿੰਡ ਦਾ ਤੇ ਖਾਲਸੇ ਦਾ ਨਿਸ਼ਾਨ ਖੰਡਾ ਤੇ ਟੈਟੂ ਕਹਿੰਦੇ ਖੰਡੇ ਨਾਲ ਘੇਰੇ ਪਏ ਹੈ ਕਿ ਜਦੋਂ ਜ਼ਾਲਮ ਜ਼ੁਲਮਾਂ ਦੀ ਹੱਦ ਟੱਪ ਜੇ ਫਿਰ ਖੰਡੇ ਤਾਂ ਹੀ ਹੱਥ ਪਾਵੇ ਖਾਲਸਾ ਕਿ ਫਿਰ ਖੰਡੇ ਤਾਂ ਹੀ ਹੱਥ ਪਾਵੇ ਖਾਲਸਾ ਲਓ ਘਮਾਣਾ ਦੇ ਲਾਗੇ ਕਹਿੰਦੇ ਤੁਕੋਆ ਪਿੰਡ ਹੈ ਦੂਜੇ ਪਾਸੇ ਕਹਿੰਦੇ ਗੇਲਾ ਖਜਾਲੇ ਵਾਲਾ ਪਿਸਟਲ ਕਹਿੰਦੇ ਹੈ ਪਰ ਪ੍ਰਤਾਪ ਸਿੰਘ ਵੀ ਕਹਿੰਦੇ ਇੰਗਲੈਂਡ ਦਾ ਗੇੜਾ ਲਾਇਆ ਹੈ ਇੰਗਲੈਂਡ ਦੇ ਵਿੱਚ ਖੇਡਣ ਵਾਲਾ ਪ੍ਰਤਾਪ ਸਿੰਘ ਨਾਨਕਸਰ ਕਬੱਡੀ ਕਲੱਬ ਦੇ ਵਾਸਤੇ ਹੋਰ ਸਫਲ ਪੁਆਇੰਟ ਜੋੜ ਚੁੱਕੇ ਹੈ ਇਸ ਤੋਂ ਬਾਅਦ ਚੋਲਾ ਸਾਹਿਬ ਤੇ ਮੇਰੇ ਵੀਰਿਓ ਜਿਹੜੀਆਂ ਟੀਮਾਂ ਨੇ ਜਿਹੜੀਆਂ ਬੋਲੀਆਂ ਆਪਣੀ ਤਿਆਰੀ ਰੱਖਣ ਚੋਲੇ ਸਾਹਿਬ ਵਾਲਿਆਂ ਦੇ ਨਾਲ ਕਿਹਦੀ ਡਾਂਗ ਖੜਕਣੀ ਉਹ ਵੀ ਪਤਾ ਲੱਗੂ ਪਰ ਇਧਰਲੇ ਪਾਸੇ ਕਹਿੰਦੇ ਪਰਮਿੰਦਰ ਸੋਹਣਾ ਪੁੱਤ ਮਦਰੇ ਪਿੰਡ ਦਾ ਬੈਂਟੀ ਖਤਰਨਾਕ ਜਾਫੀ ਹੈ ਕਿ ਬੈਂਟੀ ਦੇ ਜੱਸ ਯਾਰੋ ਦੋ ਵੀਰ ਨੇ ਲੈਂਦੇ ਯਾਰੋ ਆਪਣੀ ਤਾਂ ਕੈਂਸੀ ਵਿੱਚ ਕੱਸ ਮਿੱਤਰੋ ਬੈਂਟੀ ਦੇ ਜੱਸ ਮਿੱਤਰੋ ਬੈਂਟੀ ਦੇ ਜੱਸ ਮਿੱਤਰੋ ਪਰ ਇਧਰਲੇ ਪਾਸੇ ਕਹਿੰਦੇ ਕੌਣ ਘਰਿਆਲੇ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੇਤੂ ਰਜਾਦੇਵਾਲ ਤੋਂ ਘਿਓ ਦਾ ਤੇ ਬਾਬੇ ਬਕਾਲੇ ਦੀ ਭੁੱਲਰ ਕਾਨੂੰਨੀ ਦੇ ਟੂਰਨਾਮੈਂਟ ਚੋਂ ਸੋਨੇ ਦੀ ਮੁੰਦੀ ਦਾ ਜੇਤੂ ਹੈ ਇਹ ਆ ਭੂਰੀ ਤੇ ਭੂਰੀ ਫਿਰ ਤੁਰ ਗਿਆ ਦੂਜੇ ਦਾ ਨਾਮ ਵੀ ਭੂਰੀ ਹੈ ਇੱਕ ਦਾ ਧਿਆਨਪੁਰ ਇੱਕ ਦਾ ਬੂਲੇ ਨੰਗਲ ਹੈ ਲਓ ਧਿਆਨਪੁਰ ਵਾਲਾ ਭੂਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਪੂਰੀ ਤਿਆਰੀ ਦੇ ਵਿੱਚ ਹੈ ਹਾਂ ਸਰਦਾਰ ਭਗਵੰਤ ਸਿੰਘ ਜੀ ਉੱਪਲ ਸਾਹਿਬ ਪਹਿਲੇ ਦਿਨ ਵੀ ਆਏ ਸਨ ਤੇ ਅੱਜ ਵੀ ਆ ਰਿਹਾ ਸੀ ਆਪਣੇ ਕਲੱਬ ਦੇ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਸਿੰਘ ਜੀ ਉੱਪਲ ਤੇ ਰਵੀ ਖਹਿਰਾ ਜੀ ਬਹੁਤ ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ ਤੇ ਗੋਲਟੀ ਤੇ ਉਹਨਾਂ ਦੇ ਸੱਜੀਆਂ ਖੱਬੀਆਂ ਮਾਵਾਂ ਬਾਵਾਂ ਤੇ ਮੇਰੇ ਵੀਰੋ ਜਿੰਨੀਆਂ ਮਾਵਾਂ ਭੈਣਾਂ ਮੈਚਾਂ ਦਾ ਆਨੰਦ ਮਾਣਦੀਆਂ ਸਾਰਿਆਂ ਦਾ ਧੰਨਵਾਦ ਪਰ ਜਿੰਨੇ ਵੀ ਦਰਸ਼ਕ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗਗਨ ਦੀ ਕਬੱਡੀ ਹੈ ਚਾਰ ਜਾਫੀ ਫਲਪੋਤੇ ਦੇ ਹਾਂ ਗੋਪੀ ਗਰਿੰਦਰ ਤੇ ਗਗਨ ਗੱਗਾ ਗੋਪੀ ਗਗਨ ਗਰਿੰਦਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ
दुबई विच बैठे है लाइव तक दे पए है धन्यवाद गगन गोपी गुरिंदर 11000 पुछोजन दिता है धन्यवाद इधरले पासे कबड्डी खेड खेडा विचों बड्डी जिन्हू कहंदे ने कबड्डी खेड दे मैदान विच फलपोते वल्लों ते उधरले पासे कहंदे नव अवान संदीप अवान दा वीर कहंदे नव अवान दीआं गल्लां हुंदीआं है पर वेख दे के नंबर जिहड़ा है ओह रेडर दे खाते मठा टे पिंड दा हनी हनी दा मतबल मेरे वीरो शायद हुंदा है पर इह वी नौजवान कहंदे मिठा जिहा खिडारी हनी मठटियां वाला अगली कबड्डी कहदी के पिंडां विचों पिंड सुणी दा रैया उत्थों दा सुखा भजदा जिवें भजदा पुरानी ट्रेल दा ट्रेन दा पहिया लै वी सुखिया हुण कहंदे गल तेरे एरिए दी है जाफी वी टॉप दा रुड़के वाला सिमी ते सुखा सुखा सिमी सुखा सिमी बल्ले बल्ले सुखा कहंदा ना कर खेड़ा ना गड़ ना फड़ अड़िए उड़दे बाजा नू सिंह मार दे ठोकर तख्तां दे ताजा नू सिंह मार दे ठोकर तख्तां दे ताजा नू चल भी नौजवाना पावे फुलपोते वालिया दीपिया कबड्डी कदे दीपा आलू वाले ढेरियां वाला परे आ दीपे दियां गल्लां हुंदियां है सोना शरीर है उच्चा लंबा कद है चिट्टी निकर लाल धारी है बावां खिलार दित्तियां है पट्टां नाल पट्ट खेंदे है कि पट्टां नाल पट्ट ने खेंदे डौलियां नूं यारो हथ ना पैंदे इह किहड़े पिंड दा गभरू लोकी उंगलां कर कर पुछदे है गज गज चौड़ियां छातियां वाले जदों विच मैदाने फुकदे है कोशिश कहंदे संधवां वाले ਘੁੱਗੇ ਨੇ ਕੀਤੀ ਹੈ ਪਰ ਪੁਆਇੰਟ ਕਹਿੰਦੇ ਰੇਡਰ ਦੇ ਖਾਤੇ ਨੌਜਵਾਨ ਦੀਪਾ ਇੱਕ ਬਿਹਤਰੀਨ ਪੁਆਇੰਟ ਜੋੜ ਚੁੱਕੀ ਹੈ ਅਗਲੀ ਕਬੱਡੀ ਸਾਜਨ ਭਾਵੇ ਬਕਾਲੇ ਸਾਹਿਬ ਵਾਲਾ ਮੇਰੇ ਵੀਰਿਓ ਕਬੱਡੀ ਪਾਉਣ ਦੇ ਵਾਸਤੇ ਨਾਨਕ ਸਰ ਕਲੱਬ ਦੀ ਤਰਫੋਂ ਖੇਡ ਦੇ ਮੈਦਾਨ ਵਿੱਚ ਅੱਗੇ ਨੂੰ ਵਧਿਆ ਹੈ ਚਾਰ ਜਾਫੀ ਤਿਆਰ ਨੇ ਪਰ ਡਬਲ ਟੱਚ ਸੋਨੂ ਬਤਾਲਾ ਕਰਦਾ ਫੈਸਲਾ ਕਿ ਨੰਬਰ ਰੇਡਰ ਦਾ ਲਓ ਅਗਲੀ ਕਬੱਡੀ ਕਿਹਦੀ ਹੈ मेरे वीरियो खेड़ दे मैदान विच मनी दी फलपोते दी तरफों मनी अगली कबड्डी पाउण दे वास्ते तैयार उत्थे साडे वीर इटली आलिया ने कहिंदे लाइव दा प्रबंध कीता है राजा मेरा भरा ते प्रिंस देवगन वड़ाचा वाला ओ वीरां वल्लों कहिंदे लाइव दी वैबसाइट सद्दी गई है धन्नवाद आनंद माणदे है बाकी जिहड़े कनेडा इंग्लैंड अमरीका वालिया दा धन्नवाद लवी जम्मा इह वी मोटरसाइकल ते चांदी दे कड़ियां दा जेतू जम्मा ते मनी दी टक्कर मनी ते जम्मा मनी ते जम्मा मनी ते जम्मा नंबर धावी दा नंबर इस वक्त फलपोते क्लब दे वास्ते जुड़ चुकिया है अगला मुकाबला डेरा बाबा नानक दे चोला साहब एक तगड़ा मुकाबला कबड्डी दे सुपर डुपर खिलाड़ियों दा खेडिया जाना है वो मेरी बेनती है कि डेरे बाबे नानक ते दूजे पासे गुरु अर्जन देव कबड्डी क्लब चोला साहब दे गभरू अपनी तैयारी करन अर्शोनी सुखमनोनी बल्ले बल्ले कराउणगे ਦਿਲ ਅਮਨ ਇੰਗਲੈਂਡ ਉਹ ਸਾਡਾ ਵੀਰ ਲਾਈਵ ਆਨੰਦ ਮਾਣਦਾ ਹੈ ਅਮਨ ਇੰਗਲੈਂਡ ਵਾਲੇ ਦਾ ਬਹੁਤ ਬਹੁਤ ਧੰਨਵਾਦ ਉਹ ਵੀ malwa.tv.com ਦੇ ਜਰੀਏ ਅੱਜ ਮੈਚਾਂ ਦਾ ਆਨੰਦ ਮਾਣਦਾ ਪਿਆ ਬਹੁਤ ਬਹੁਤ ਧੰਨਵਾਦ ਨਾਲ ਅਮਰਿਤਪਾਲ ਕੈਨੇਡਾ ਵਾਲਾ ਆਉਂਦੇ ਸਾਲ ਕਹਿੰਦਾ ਮੈਂ ਵਜਨ ਵਾਲੀ ਕਬੱਡੀ ਦਾ ਵੱਡਾ ਮਾਣ ਸਨਮਾਨ ਕਰਾਂਗਾ ਹਰਕਾ ਵੀ ਵੱਡਾ ਸਹਿਯੋਗਦਾਨ ਦੇ ਰਿਹਾ ਹੈ ਅਮਰਿਤਪਾਲ ਕੈਨੇਡਾ ਵਾਲੇ ਦਾ ਬਹੁਤ ਬਹੁਤ ਧੰਨਵਾਦ ਸੋਨੂ ਜੀ ਤੇ ਨਾਲ ਸਾਰੇ ਕਲੱਬ ਦੇ ਸਰਦਾਰ ਸਤਪਾਲ ਸਿੰਘ ਜੀ ਸ਼ਾਹ ਤੇ ਕੁੰਦਣ ਸਿੰਘ ਜੀ ਆ ਗਏ ਹੈ USA ਵਾਲੇ ਕਹਿੰਦੇ ਵੱਡੇ ਮਾਣ ਸਨਮਾਨ ਪਹਿਲਾਂ ਆਉਂਦੇ ਕਹਿੰਦੇ 500 ਦਾ ਮਾਣ ਕੀਤਾ ਕਿ ਬੁਲਾ ਰਿਹਾ ਤੇਰੇ ਵਾਸਤੇ ਹੈ ਮੈਂ ਆਪਣੇ ਵੱਲੋਂ ਸਰਦਾਰ ਕੁੰਦਣ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਹਾਂ ਸਰਦਾਰ ਮੁਹੱਬਤ ਗਿੱਲ ਇਟਲੀ ਵਾਲਾ जे लाइव जुड़िया है ते ओ गोल्डी कहंदा मैनू जरूर फोन करे साडा मोहब्बत गिल हां पहलवान सरदार मलकीत सिंह विछड़ चुके है जिन्होंने बूटा लाया सी टूरनामेंट कराउण दा जे उहनां दा मेरे वीर पोता मैचां दा आनंद माणदा ते जरूर फोन करे राजा ते नाल कहिंदे मुहब्बत इटली वालिआं दी गल्लां हुंदीआं है इटली वाले भरावां दीआं अमेरिका वाले देखदे है आस्ट्रेलिया वाला कहिंदे विक्रमजीत आनंद माणदा है ते कबड्डी कहिंदे गगन दो कक्के इक नन्ना खाओ गगन ते रहो मगन लो गगन कहिंदे मगन होके कबड्डियां पा रिहा है मन्निआ परमन्निआ उदम सौंदा पोता हो गया जवान यारो लाके मेहनत दे चुग मुझ मज बुरी दा डोका ए आ मेरे वीर उदम सौंदा पोता गगन वीला पज्जू वीला पिंड मशहूर कर दिता बबर शेर ने आ गया नौजवान
ਪਿੱਤੀ ਖਾਲਸਾ ਪਿੰਡ ਦੇ ਸਾਧੂ ਸੋਹਣਾ ਪੁੱਤ ਮਾਰ ਕੇ ਥਾਪੀ ਪੜਤੇ ਚਾਰ ਜਾਫੀਆਂ ਤੇ ਧਾਵਾ ਬੋਲਿਆ ਵੀ ਚੌੜੇ ਮਦਰਿਆਂ ਵਾਲਿਆ ਤੇਰਾ ਜਫਾ ਨਹੀਂ ਲੱਗਾ। ਲਾਲ ਨਗਰ ਵਿੱਚ ਕਹਿੰਦੇ ਬੈਂਟੀ ਹੈ ਚੌੜੇ ਮਦਰਿਆਂ ਦਾ ਕਿ ਜਸ ਤੇ ਬੈਂਟੀ ਦੋ ਸਕੇ ਵੀਰ ਜੀ ਬਣ ਗਈ ਕਬੱਡੀ ਜਿਨ੍ਹਾਂ ਦੀ ਹੀਰ ਜੀ ਸੁਖਮਣ ਤੇ ਅਰਸ਼ ਦੋ ਸਕੇ ਵੀਰ ਜੀ ਬਣ ਗਈ ਕਬੱਡੀ ਜਿਨ੍ਹਾਂ ਦੀ ਹੀਰ ਜੀ ਫਰਿਆਦ ਤੇ ਮਲੂਕ ਦੋ ਸਕੇ ਵੀਰ ਜੀ ਬਣ ਗਈ ਕਬੱਡੀ ਜਿਨ੍ਹਾਂ ਦੀ ਹੀਰ ਜੀ ਸਲਾਮੂ ਤੇ ਫੌਜੀ ਦੋ ਸਕੇ ਵੀਰ ਜੀ ਬਣ ਗਈ ਕਬੱਡੀ ਜਿਨ੍ਹਾਂ ਦੀ ਹੀਰ ਜੀ। ਲਓ ਸੁੱਖਾ ਕਹਿੰਦੇ ਜਗਤਾਰ ਸਿੰਘ ਡਾਕੂ ਦਾ ਪੁੱਤ ਮਨੋਹਰ ਸਿੰਘ ਜੀ ਗਿੱਲ ਰਾਜਾ ਇਟਲੀ ਪ੍ਰਿੰਸ ਵੜੈਚ ਤੇ ਸਾਬਾ ਇਟਲੀ ਇਹਨਾਂ ਦੇ ਨਾਂ ਤੇ ਕਹਿੰਦੇ 200 ਰੁਪਇਆ ਇਟਲੀ ਵਾਲੇ ਗਿੱਲ ਭਰਾਵਾਂ ਵੱਲੋਂ ਮਾਣ ਆਇਆ। ਮੈਂ ਧੰਨਵਾਦ ਕਰਦਾ ਵੱਡੇ ਪਿਆਰ ਦਿੰਦੇ ਪਏ ਹੈ। ਅੱਧਾ ਸਮਾਂ 15 ਪੁਆਇੰਟ ਨੇ ਜੀ ਵੀ ਪੁਆਇੰਟਾਂ ਵਾਲਿਆ ਕਿ ਤੇਰੇ ਤੋਂ ਵੀ ਸ਼ੋਰ ਕਰ ਲਈਏ ਵੀ ਮਾਲਵਾ ਟੀਵੀ ਵਾਲਿਆਂ ਨੇ ਵੀ ਮੇਰੇ ਵੀਰ ਸਕਰੀਨ ਉੱਤੇ ਪੁਆਇੰਟ ਦੱਸੇ ਹੈ ਪਰ ਸਾਡਾ ਵੀਰ ਸੰਦੀਪ ਪਹਿਲੇ ਦਿਨ ਤੋਂ ਸਵਾਵਾਂ ਦੇ ਰਿਹਾ। ਗੁਰਦਾਸਪੁਰ ਨਾਨਕਸਰ ਕਲੱਬ ਦੇ ਪੁਆਇੰਟ ਨੇ ਜੀ 15 ਤੇ ਬਾਬਾ ਸੰਤਾ ਸਿੰਘ ਕਬੱਡੀ ਕਲੱਬ ਫਲਪੋਤੇ ਦੇ 19.5 ਉਹ ਬੈਂਟੀ ਭੂਰੀ ਪਾਣੀ ਸਿਰ ਤੋਂ ਲੰਘਦਾ ਦਿਖਦਾ 15-19 ਫਲਪੋਤੇ ਵਾਲੇ ਗਾੜੀ ਚੱਲਦੇ ਪਏ ਆ। ਉਹ ਸੁੱਖਿਆ ਉਹ ਬੈਂਟੀ ਮਿੱਤਰੋ ਵੇਖੋ ਕੀ ਗੱਲ ਹੁੰਦੀ ਹੈ ਜਲੰਧਰ ਵਾਲੇ ਕਮਾਲ ਕਰੀ ਜਾਂਦੇ ਆ। ਗੁਗਲੀ ਦਵਿੰਦਰ ਸਿੰਘ ਗੁਗਲੀ ਨਾਲ ਯਾਰੀਆਂ ਸਾਡੇ ਵੀਰ ਮਨੋਹਰ ਦੀਆਂ ਤੇ ਮਨੋਹਰ ਦੀ ਯਾਰੀ ਕਹਿੰਦੇ ਇੱਕ ਹੋਰ ਗੁਰਦੇਵ ਤੇ ਸੁਖਜਿੰਦਰ ਸਿੰਘ ਖੈੜਾ ਜਲੂਪਰ ਖੈੜਿਆਂ ਵਾਲੇ ਸੰਧੂਆਂ ਦੇ ਨਾਲ ਹੈ ਤੇ ਮੈਂ ਧੰਨਵਾਦ ਕਰਦਾ ਰਵੰਤ ਉਹਨਾਂ ਦਾ ਇੱਥੇ ਪੁੱਜਣ ਤੇ। ਗੁਗਲੀ ਵੀ ਦੇਖਦਾ ਉਹਦਾ ਵੀ ਧੰਨਵਾਦ ਪਰ ਅੱਧਾ ਸਮਾਂ ਜੰਮਿਆ ਜੱਫਿਆਂ ਦੀ ਘਾਟ ਹੈ ਤੇ ਗੇਲਿਆ ਢਿੱਲੇ ਨਾ ਪਿਓ ਕਬੱਡੀ ਕੁਝ ਵੀ ਹੋ ਸਕਦਾ ਹੈ। ਬੱਦਲ ਛਾਏ ਪਏ ਹੈ ਥੱਲੇ ਗੱਭਰੂ ਕਹਿੰਦੇ ਹੋਰ ਛਾਏ ਪਏ ਹੈ ਕਿ ਸੁਣ ਪਾਣੀ ਭਰਦੀਏ ਨੀ ਤੂੰ ਤਾਂ ਨੂੰ ਵੇਖ ਲੈ ਬੱਦਲ ਘਿਰਦੇ ਅੱਜ ਰੱਬ ਖੁਸ਼ ਹੋਇਆ ਏ ਜੱਟਾਂ ਦੇ ਖੇਤ ਸੀ ਸੁੱਕੇ ਚਿਰਦੇ ਜਾਂ ਪਹੁੰਚ ਜਾ ਟਿਕਾਣੇ ਤੇ ਉਹ ਸਿਰ ਤੇ ਆਉਣ ਘਟਾਵਾਂ ਚੜੀਆਂ ਸੁਣ ਖੰਡ ਮਿਸ਼ਰੀਏ ਨੀ ਰੂਪ ਤੇਰਾ ਖੁਰਜੂ ਆ ਗਈਆਂ ਕਣੀਆਂ। ਪ੍ਰੀਤ ਨਾਲ ਸਾਡਾ ਵੀਰ ਫੋੜ ਵਰਗੇ ਆਨੰਦ ਮਾਣਦੇ ਪਏ ਹੈ ਧੰਨਵਾਦ ਕਰਨਾ ਪ੍ਰੀਤ ਫੋੜ ਤੇ ਨਾਲ ਬੁੱਢੇ ਸ਼ੇਰ ਵਰਗੀਆਂ ਦੀਆਂ ਵੱਡੀਆਂ ਸਵਾਵਾਂ ਹੈ ਨਾਲ ਜਸ ਗਿੱਲ ਉਹਨਾਂ ਦਾ ਧੰਨਵਾਦ। ਧੰਨਵਾਦ 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 ਸਾਰੇ ਐਨ ਆਰ ਆਈ ਭਰਾਵਾਂ ਦਾ। ਕੁੰਦਨ ਸਿੰਘ ਜੀ ਕਹਿੰਦੇ ਘਾਟ ਨਾ ਕੋਈ ਰਹਿਣ ਦਿਓ ਤੇ ਇੱਕ ਖਾਸ ਗੱਲ ਇਹ ਆ ਪ੍ਰਬੰਧਕ ਵੀਰ ਕਹਿੰਦੇ ਆ ਕਿ ਅਸੀਂ ਵੀ ਉਦੋਂ ਆਵਾਂਗੇ ਜਿਹੜਾ ਗਰਾਊਂਡ 'ਚ ਸਾਡਾ ਕੰਮ ਹੋਵੇਗਾ ਐਂ ਵਾਧੂ ਗਾੜ ਨਹੀਂ ਪਵੇਗਾ ਵਧੀਆ ਰੇਡਰ ਤੇ ਵਧੀਆ ਜਾਫੀ ਨੂੰ ਮੋਟਰਸਾਈਕਲ ਦੋਤਲ ਦੌਲਤ ਜੀ ਛੁੱਟੋ ਬੋਲਤ ਬੋਤਲ ਤੇ ਕਰੋ ਬੁੱਢੇ ਸਹਿ ਵਾਲਿਓ ਦੌਲਤ ਜੀ। ਹਾਂ ਅਗਲੀਆਂ ਟੀਮਾਂ ਕਿਹੜੀਆਂ ਨੇ ਉਹ ਹੈ ਮੇਰੇ ਵੀਰੀਓ ਚੋਲਾ ਸਾਹਿਬ ਤੇ ਦੂਜੇ ਪਾਸੇ ਡੇਰਾ ਬਾਬਾ ਨਾਨਕ ਉਧਰ ਦੌਲਤ ਸਿੰਘ ਜੀ ਤੇ ਸੋਨੂ ਜੀ ਵੱਡੀਆਂ ਸਵਾਵਾਂ ਦੇ ਰਹੇ ਰੈਫਰੀ ਦੀਆਂ ਕਿ ਫੈਸਲੇ ਹੁੰਦੇ ਲੱਖਾਂ ਦੇ ਉਹ ਲੱਖਾਂ ਨਾਲ ਮਿਲਦੀਆਂ ਕਾਰਾਂ ਰਿਸ਼ੀ ਵਾਲਿਆ ਕਾਲਿਆ ਓਏ ਲਿਦੜਾਂ ਦੇ ਕਬੱਡੀ ਦੀਆਂ ਛਾਈਆਂ ਪਈਆਂ ਬਹਾਰਾਂ। ਪੁਆਇੰਟ ਮੇਰੇ ਵੀਰੋ 6 ਨੂੰ ਪੁੱਠਾ ਕਰ ਲਓ ਤੇ 9 ਬਣ ਜਾਂਦੇ ਆ 16-19 ਹੈ ਕੁਝ ਵੀ ਹੋ ਸਕਦਾ ਤੇ ਉਧਰਲੇ ਪਾਸੇ ਗੁੱਸਾ ਖਾਧਾ ਬਹੁਤਾ ਗੁੱਸਾ ਖਾ ਗਈ ਵੱਖੀ ਵਿੱਚ ਵੱਜੇ ਹੂੜੇ ਦਾ ਨੀ ਬੰਦ ਪਿਆ ਏ ਫਾਟਕ ਜਿਵੇਂ ਫਾਟਕ ਕੋਟ ਕਪੂਰੇ ਦਾ ਬੰਦ ਪਿਆ ਏ ਫਾਟਕ ਜਿਵੇਂ ਫਾਟਕ ਕੋਟ ਕਪੂਰੇ ਦਾ। ਅਗਲੀ ਕਬੱਡੀ ਪ੍ਰਤਾਪ ਸਿੰਘ ਦਕੋਏ ਵਾਲੇ ਦੀ ਪੈ ਗਈ ਮੇਰੇ ਪੰਜਾਬੀ ਵੀਰਿਓ ਰੰਧੇ ਕੋਤ ਹੈ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਸੁੰਡੀ ਹੈ ਗੁਰਪ੍ਰੀਤ ਸੁੰਡੀ ਨੀਲੀ ਨਿੱਕਰ ਵਿੱਚ ਤੇ ਨਾਲ ਕਹਿੰਦੇ ਪੂਰੀ ਤਿਆਰੀ ਵਿੱਚ ਸਿੰਮੀ ਰੁੜਕੇ ਵਾਲਾ ਪਰ ਆ ਸੁੰਡੀ ਸੁੰਡੀ ਤਾਂ ਨਾ ਪਿਆ ਜਦੋਂ ਚੁੰਬੜ ਦਾ ਲੱਥ ਨਾ ਨਹੀਂ ਹੈ ਪਰ ਆ ਨੌਜਵਾਨ ਪ੍ਰਤਾਪ ਸਿੰਘ ਨੌਜਵਾਨ ਦਾ ਨਾਂ ਕਿਹਨੇ ਇੰਗਲੈਂਡ ਦੀਆਂ ਗਰਾਊਂਡਾਂ ਵਿੱਚ ਗੂੰਜਿਆ ਇਹ ਆ ਪ੍ਰਤਾਪ ਸਿੰਘ ਦਕੋਆ। ਅਗਲੀ ਕਬੱਡੀ ਫਲਪੋਤੇ ਦੀ ਤਰਫੋਂ ਪੈਣ ਲੱਗੀ ਮੇਰੇ ਪੰਜਾਬੀ ਵੀਰੀਓ ਖੇਡ ਦੇ ਮੈਦਾਨ ਵਿੱਚ ਕਿ ਲੜ ਲੱਗ ਕੇ ਗੁਰੂਆਂ ਦੇ ਦਾ ਪੇਚ ਸਿੱਖਣੇ ਪੈਂਦੇ ਨੇ ਰਹਿਣਾ ਪੈਂਦਾ ਉਹਨਾਂ ਅਸੂਲਾਂ ਤੇ
जो कोच उस्ताद कहिंदे ने खिडारी लई जरूरी निम्रता ते प्यार मित्रो सोखा पड़ना नहीं कबड्डी दा स्टार मित्रो अवान पिंड वाला कहिंदा है मैं डाकना हनी मठड्डियां वाले नू पर मुंडा कहिंदे जिन्ना निक्का उन्ना ही तिखा मेरे पंजाबी वीरियो हनी मठड्डियां वाला जिथों दा धारा मठड्डा सत्ता मठड्डा कबड्डी दे कहिंदे प्रमोटर ने पर अज बिक्रमजीत उन्हां दीआं गल्लां वड्डे पद्धर ते हुंदीआं आस्ट्रेलिया वाले दीआं ते सरदार साहब बहादुर कुंदन सिंह जी यूएसए वाले जिन्हां ने वड्डे सहयोग दित्ते है अमृत भरा ते नाल भरा मेरे इटली वाले आनंद माणदे है ते इधरले पासे कहिंदे नंबर पूरी बूले नंगल वाले ने जोड़ दित्ता है नानक सर क्लब दे वास्ते हेलो जिन्हियां भी लागे लागे पिंडां तो संगतां आईयां ने सारयां दा बहुत बहुत धन्नवाद संगतां रब दा रूप है तुहाडा एक एक काम कदम जिहड़ा चल के आए हो शहीद बाबा वीर सिंह जी तुहानू उन्नियां अपनियां सफलां वल वधाउण पौड़ी पौड़ी दर अपनी मेहनत करो ते अपनी सफलता पाओ साडे विचकार संधु हरवंत जी आए ने जल्लू पर खैड़िया वाले नाल सरदार सुखजिंदर सिंह जी पंजाब पुलिस जल्लू पर खैड़िया वालों वड्डे प्यार सत्कार आए आ पंजाबी बोलां दे वास्ते मैं दोनों भरावां दा धन्नवाद करदा है लो सामने पासे इह आ नौजवान साजन भुल्लर गोत है इहदे भरा दा कहिंदे नां चलदा पहलवानी दे विच प्रभ भुल्लर दा भरा कहिंदे साजन भुल्लर इह भरा तां कहिंदे भूरी दा वी है जन्म नहीं लिया एक मां दी कुखों पर कहिंदे उह तां नौजवान भरा सके ने नौजवान पागवट पड़ा ने पर इधरले पासे कहिंदे कबड्डी पाउण दे वास्ते मनी टल्ले वालिया पैंटी हुण मनी मनी नूं टक ते मनी दित्ती जाऊ कुंदन सिंह हुणां वल्लों यूएसए वालिआं वल्लों लो पैंटी मनी पैंटी आ कताड़ियां वाला हर कताड़ियां वाला नहीं हुंदा बल्ले बल्ले कबड्डी 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 ताड़ियां मार दिओ स्वाद आ गया ਇਹ ਆ ਚੌੜੇ ਮਧਰਿਆਂ ਦਾ ਬੈਂਟੀ ਮੇਰੇ ਪੰਜਾਬੀ ਵੀਰਿਓ ਲਾ ਤਗੜਾ ਜਫਾ ਇੱਕ ਅੰਕ ਦਾ ਵਾਅਦਾ ਕਰ ਚੁੱਕੇ ਆ ਯੂਐਸਏ ਵਾਲੇ ਸਰਦਾਰ ਕੁੰਦਨ ਸਿੰਘ ਜੀ ਨਾਲ ਵੱਲੋਂ ਆ ਜਾਫੀ ਦੇ ਵਾਸਤੇ 200 ਰੁਪਏ ਦਾ ਮਾਣ ਪੁੱਜਿਆ ਮੈਂ ਧੰਨਵਾਦ ਕਰਦਾ ਕੁੰਦਨ ਹੋਣੀ ਮਾਇਆ ਦੇ ਗੱਫੇ ਘਲਦੇ ਆ ਧੰਨਵਾਦ ਅਗਲਾ ਮੁਕਾਬਲਾ ਚੋਲਾ ਸਾਹਿਬ ਤੇ ਡੇਰੇ ਬਾਬੇ ਨਾਨਕ ਦਾ ਜ਼ਰੂਰ ਹੋਣ ਗਰਾਊਂਡ ਦੇ ਵਿੱਚ ਲਓ ਸਾਹਮਣੇ ਪਾਸੇ ਮਠੱਡਿਆਂ ਵਾਲਾ ਪਰ ਇਹ ਆ ਰੁੜਕੇ ਵਾਲਾ ਸਿੰਮੀ ਤੇ ਨਰੰਜਨਪੁਰੀਆਂ ਨੂੰ ਕੌਣ ਨਹੀਂ ਜਾਣਦਾ मैच बड़ा बढ़िया है पॉइंट देखो 21 ते 22.5 ऐ तगड़ा मुकाबला लै भी अवान वालिया नौजवाना संधवा वालिया उत्तो नंगलिया चौड़े मंदरिया ध्यानपुर वाले नूं ढा ते कर भाई 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 लो 22 तो 23 जां 21 तो 22 पॉइंट हुंदे है 22 तो 23 पॉइंट फलपोते दे अगला मुकाबला जिहड़ा खेडिया जाणा मेरी बेनती है एक पासे होवेगी श्री गुरु अर्जन देव कबड्डी क्लब चोला साहब दूजे पासे गुरु नानक देव डेरा बाबा नानक ए टीमां मेरी बेनती है कि अपनी तैयारी फड़न एक पासे रवि पाम ते दूजे पासे अर्श चोला साहब ओ कल्ली जिंद ते मलाजे दर बाले नहीं मैं कीदा कीदा मान रख ला इहदा फायदा किहनूं होया ਉਹ ਰੇਡਰ ਨੂੰ ਹੋਇਆ ਸੰਦੀਪ ਸੋਨੂ ਪਤਾਲੀ ਵਾਲੇ ਨੇ ਵਿਸਲ ਮਾਰ ਦਿੱਤੀ ਹੈ ਕਿ ਨੰਬਰ ਜਿਹੜਾ ਧਾਵੀ ਦੇ ਖਾਤੇ ਅੱਜ ਰੌਣਕਾਂ ਕਹਿੰਦੇ ਵੱਡੇ ਪੱਧਰ ਤੇ ਲੱਗੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਅੱਜ ਕਹਿੰਦੇ ਲਿੱਦੜਾਂ ਦਾ 11 ਫਰਵਰੀ ਦਾ ਕਬੱਡੀ ਕੱਪ ਹੈ ਤੇ 12 ਨੂੰ ਕਹਿੰਦੇ ਪੰਡੋਰੀ ਰੌਣਕਾਂ ਲੱਗਣਗੀਆਂ ਅਰਚੋਵਾਲ ਦੇ ਲਾਗੇ 13 ਤਰੀਕ ਕਹਿੰਦੇ 75 ਕਿਲੋ ਠੱਠੀਆਂ ਤੇ 14 ਤਰੀਕ ਠੱਠੀਆਂ 8 ਕਲਪਾਂ ਨੇ ਤੇ 14 ਤਰੀਕ ਨੂੰ ਛਿੱਜਲ ਵੱਡੀ ਇੱਕ ਸ਼ੋਅ ਮੈਚ ਹੋਵੇਗਾ 15 ਤਰੀਕ ਜਿਹੜੀ ਹੈ ਉਹ ਦੋਲੋ ਨੰਗਲ ਹੈ ਤੇ 17 ਤਰੀਕ ਜਿਹੜੀ ਹੈ ਉਹ ਕਵਾੜ ਪਿੰਡ ਦੇ ਵਿੱਚ 4 ਕਲਪਾਂ ਲਓ ਸਾਹਮਣੇ ਪਾਸੇ ਕੌਣ ਨੌਜਵਾਨ ਮਨੀ ਇਸ ਵਕਤ ਹਨੀ ਕਬੱਡੀ ਪਾ ਰਿਹਾ ਖੇਡ ਮੈਦਾਨ ਵਿੱਚ ਵਾਓ ਹਨੀ ਸਿਆ ਫੈਸਲਾ ਕੀ ਹੈ ਜੀ ਵਧੀਆ ਮੁਕਾਬਲਾ ਮੇਰੇ ਵੀਰੋ ਦੋਨਾਂ ਟੀਮਾਂ ਦੇ ਦਰਮਿਆਨ ਚੱਲਦਾ ਪਿਆ ਚੱਲ ਵੀ ਪ੍ਰਤਾਪ ਸਿਆ ਪਾਓਏ ਗੱਭਰੂਆ ਕਬੱਡੀ ਕਿ ਜਦ ਕੌਡੀ ਦੀ ਰੁੱਤੀ ਆਵੇ ਮੁੰਡਾ ਡੰਡ ਬੈਠਕਾਂ ਲਾਵੇ ਬਾਪੂ ਬੂਰੀ ਮੱਝ ਖਰੀਦ ਲਿਆਵੇ ਗੁੱਟ ਡੇਰੀਏ ਨਾ ਜਾਵੇ
चार बकरे का पौना पैंदा है लो रंधेव कोत है ते गड्डियां च गड्डियां बजियां ਦੀ ਬਿੱਲੋ ਤੇਰੀ ਤੋਰ ਦੇਖ ਕੇ ਤੁਮਾਂ ਗਿੱਟਿਆਂ ਨੂੰ ਫੜਿਆ ਤੇ ਦੂਜੇ ਨੇ ਕਲਾਵਾ ਭਰਿਆ ਤੇ ਨੰਬਰ 24 ਓਏ ਪੁਆਇੰਟਾਂ ਵਾਲੇ ਝਾਤੀ ਮਾਰੋ 23 ਤੇ 24 ਸਾਡੇ 23 ਤੇ 24 ਸਨ ਦੀਪ ਸਨ ਨਹੀਂ ਅੱਜ ਬੱਦਲ ਕਹਿੰਦੇ ਡਾਂਗਾ ਲੈ ਕੇ ਖਲੋ ਗਏ ਸੂਰਜ ਦੇ ਗੜ ਕੇ ਨਿਕਲ ਕਿੱਧਰ ਨੂੰ ਨਿਕਲਣਾ ਅੱਜ ਪਰਦੇ ਲਾ ਦਿੱਤੇ ਆ ਲਿਦਰਾਂ ਦੀ ਗਰਾਊਂਡ ਠੰਡੀ ਹੈ ਤੇ ਗੱਭਰੂ ਗਰਮ ਨੇ ਮੇਰੇ ਪੰਜਾਬੀ ਵੀਰਿਓ ਤੇ ਕਬੱਡੀ ਦੀਪੇ ਦੀ ਪੈ ਗਈ ਮੇਰੇ ਪੰਜਾਬੀ ਵੀਰਿਓ ਚਾਰ ਜਾਫੀ ਤਿਆਰ ਨੇ ਇੱਕ ਪਾਸੇ ਜੰਮਾ ਔਰ ਆ ਕੌਣ ਹੈ ਇਸ ਵਕਤ ਆਵਾਣ ਵਾਲਾ ਕੋਸ਼ਿਸ਼ ਕਰਦਾ ਹੈ ਪਰ ਦੌਲਤ ਜੀ ਕੀ ਫੈਸਲਾ ਕਰਦੇ ਕਿ ਧਾਵੀ ਦਾ ਪੁਆਇੰਟ ਨੰਬਰ 24 ਅੱਧਾ ਕਹਿੰਦੇ ਫਲਬੋਤੀ ਵਾਲਿਆਂ ਦਾ ਉੱਤੇ ਹੈ ਅੱਧੇ ਦੀ ਗੱਲ ਹੈ ਮੇਰੇ ਪੰਜਾਬੀ ਵੀਰਿਓ ਲੋ ਗਗਨ ਚੱਲਿਆ ਗਲ ਵਿੱਚ ਗਾਨੀ ਕਬੱਡੀ ਪਾਉਣ ਦੇ ਵਾਸਤੇ ਗਗਨ ਦੀਪ ਵੀਲਾ ਗਗਨ ਵੀਲਾ ਤੇ ਦੂਜੇ ਪਾਸੇ ਆ ਜਾ ਫੇਰੇ ਨਾਲ ਮੇਰੇ ਵੀਰਿਓ ਕੀ ਗੱਲ ਬਣ ਗਈ ਹੈ ਨੰਬਰ ਜਾਫੀ ਦਾ ਇਹ ਆ ਸੁੱਡੀ ਫਤਿਹਗੜ੍ਹ ਸ਼ੁਕਰ ਚੱਕ ਵਾਲਾ ਲਾ ਤਗੜਾ ਜਫਾ ਇੱਕ ਅੰਕ ਦਾ ਵਾਧਾ ਕਰ ਚੁੱਕਿਆ ਹੈ ਕਿ ਪੁੱਤ ਭਲਵਾਨ ਯਾਰੋ ਮਾਰੇ ਡੰਡ ਬੈਠਕਾਂ ਬਾਪੂ ਦੀ ਵੀ ਮੁੱਛ ਮੱਲੋ ਮੱਲੀ ਖੜਦੀ ਉਮਰ ਲਮੇਰੀ ਹੁੰਦੀ ਲੋਕ ਤੱਥਦੀ ਗਾਉਣ ਤੇ ਸੁਣਾਉਣ ਵਿੱਚ ਲੋਰ ਚੜਦੀ ਸੱਚੀ ਗੱਲ ਨਵੇਂ ਪਿੰਡ ਵਾਲਾ ਲਿਖਦਾ ਸਿੱਧੀ ਗੱਲ ਵੱਜਦੀ ਟਿਕਾਣੇ ਮਿੱਤਰੋ ਜ਼ਿੰਦਗੀ 'ਚ ਹੌਸਲੇ ਕਦੇ ਨਾ ਛੱਡੀਏ ਤੇ ਭੁੱਲੀਏ ਨਾ ਚਾਰ ਵੀ ਪੁਰਾਣੇ ਮਿੱਤਰੋ ਪੁਆਇੰਟ ਕਹਿੰਦੇ 26 ਤੇ 24 ਲੈ ਵੀ ਭੂਰੀ ਸਿਆਂ ਕੁਝ ਕਰਨਾ ਪੈਣਾ ਦੁੱਧ ਦਾ ਛੰਨਾ ਭਰਿਆ ਪਿਆ ਤੇ ਛੁਲਕ ਕੇ ਕੇ ਪਾਸੇ ਨੇ ਵੀ ਡੁੱਲ ਸਕਦਾ ਇਹ ਸਮੇਂ ਦੀਆਂ ਬਾਤਾਂ ਇੱਕ ਜਫੇ ਦਾ ਫਰਕ ਤੇ ਦੂਜਾ ਲੱਗਣ ਦੀ ਤਿਆਰੀ ਹੈ ਪਰ ਉਹ ਦੇਖੋ ਨੰਬਰ ਮੇਰੇ ਵੀਰਿਓ ਭੂਰੀ ਨੇ ਜੋੜ ਦਿੱਤਾ ਨਾਨਕ ਸਰ ਦੇ ਵਾਸਤੇ ਚੋਲਾ ਸਾਹਿਬ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਲਾ ਸਾਹਿਬ ਵਾਲੇ ਮੇਰੀ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਗਰਾਊਂਡ ਦੇ ਵਿੱਚ ਆਉਣ ਮੈਂ ਧੰਨਵਾਦ ਕਰਦਾ ਸਮੂਹ NRI ਭਰਾਵਾਂ ਦਾ ਪਰ ਦਰਸ਼ਕ ਵੀਰਿਓ ਮੈਨੂੰ ਲੱਗਦਾ ਠੰਡਾ ਜਿਹਾ ਚੱਲਦਾ ਮੈਚ ਉਹ ਭਰਾਓ ਮੈਚ ਕਿੱਦਾਂ ਨਾ ਲੱਗਦਾ ਤਾੜੀਆਂ ਮਾਰ ਕੇ ਨਾ ਦੱਸਿਓ ਮੈਨੂੰ ਗਰਮ ਕਰੋ ਭਰਾ ਜੀ ਤੁਸੀਂ ਮੈਨੂੰ ਠੰਡਾ ਜਿਹਾ ਕਰਕੇ ਬੈਠੇ ਹੋ ਓਏ ਕਰੀ ਤਾੜੀਆਂ ਨਾ ਮਾਰ ਦਿਓ ਦਰਸ਼ਕ ਵੀਰਿਓ ਧੰਨਵਾਦ ਤੁਹਾਡਾ ਤੇ ਮੈਚ ਕਹਿੰਦੇ ਟੌਪ ਦਾ ਹੈ ਦਰਸ਼ਕ ਵੀਰ ਸਾਰ ਰੋਕ ਕੇ ਆਨੰਦ ਮਾਣਦੇ ਪਏ ਹੈ ਇਹਨਾਂ ਮੈਚਾਂ ਦਾ ਮੇਰੇ ਪੰਜਾਬੀ ਵੀਰਿਓ ਜੁੱਤੀ ਪੈਰਾਂ ਦੇ ਵਿੱਚ ਜੇਕਰ ਹੋਵੇ ਉਦੜੀ ਤੇ ਬੰਦਾ ਮਹਿਫਲ 'ਚ ਬੈਠਣ ਤੋਂ ਝਿਜਕਦਾ ਏ ਕਿਹਦਾ ਜੀ ਕਰਦਾ ਮੈਂ ਬਣਾ ਪਰਦੇਸੀ ਇਹ ਤਾਂ ਮਸਲਾ ਹੀ ਸਾਰਾ ਰਿਝਕਦਾ ਏ ਸਿਆਣਾ ਉਹ ਨਹੀਂ ਜਿਹੜਾ ਉਮਰ ਵਿੱਚ ਹੋਵੇ ਵੱਡਾ ਸਿਆਣਾ ਉਹ ਹੁੰਦਾ ਜਿਹੜਾ ਸਿਆਣੀਆਂ ਕਰੇ ਗੱਲਾਂ ਜਿਗਰੇ ਨਾਲ ਮੈਦਾਨ ਨਹੀਂ ਜਿੱਤੁੰਦੇ ਤੇ ਗੋਲ ਗੱਪੇ ਖਾ ਖਾ ਕੇ ਨਹੀਂ ਮਾਰੀਆਂ ਜਾਂਦੀਆਂ ਮੱਲਾਂ ਪਸ਼ੂ ਲੋਹਾ ਤੇ ਜਵਾਈ ਆਉਂਦੇ ਰਾਸ ਕਿਸੇ ਕਿਸੇ ਨੂੰ ਤੇ ਪੈਸੇ ਛੇਤੀ ਨਹੀਂ ਮੁੜਦੇ ਰਿਸ਼ਤੇਦਾਰੀਆਂ ਚੋਂ ਦਿਹਾੜੀ ਟੁੱਟੇ ਨਾ ਕਿਸੇ ਮਜ਼ਦੂਰ ਦੀ ਨੀਲੀ ਛੱਤ ਵਾਲਿਆ ਤੇ ਜਿੱਤ ਦੀ ਆਸ ਨਾ ਰੱਖੀਏ ਕਦੇ ਜਵਾਰੀਆਂ ਤੋਂ ਫੌਜੀ ਦੱਸਦਾ ਨਹੀਂ ਮੈਂ ਛੁੱਟੀ ਕਿੰਨਾ ਚਿਰ ਆਇਆ ਤੇ ਕਮਾਈ ਡਰਾਈਵਰਾਂ ਦੀ ਚਾਰੋ ਹੈ ਬੜੀ ਔਖੀ ਜਿਹੜੇ ਇੱਥੇ ਬੈਠੇ ਕਹਿੰਦੇ ਬਾਹਰ ਜਾਈਏ ਤੇ ਜਿਹੜੇ ਬਾਹਰ ਬੈਠੇ ਕਹਿੰਦੇ ਪੰਜਾਬ ਯਾਰੋ ਜਿੰਦ ਸੌਖੀ ਜੇ ਵਧੀਆ ਲੱਗੀ ਤੇ ਤਾੜੀਆਂ ਮਾਰ ਕੇ ਦੱਸਿਓ ਗੱਲ ਧੰਨਵਾਦ ਹੁਣ ਇੱਕ ਹਲਵਾਈ ਨੇ ਮਾਣ ਘੱਲਿਆ ਧੰਨਵਾਦ ਹਾਂਜੀ ਕੋਈ ਬੋਲਦਾ ਭਾਜੀ ਮੈਚ ਠੰਡਾ ਨਾ ਪਵੇ ਕਿੱਧਰੋਂ ਆਇਆ ਵੀਰ ਕਹਿੰਦਾ ਭਿੰਡਰਾਂ ਵਾਲੇ ਸੰਤਾਂ ਦਾ ਬਿੱਲੂ ਕਹਿੰਦਾ ਬੋਲੀ ਜ਼ਰੂਰ ਧੰਨਵਾਦ ਕੋ ਸਾਹਿਬ ਫੌਜੀ ਸੱਭੂ ਸਰਬਜੀਤ ਉਹਦਾ ਧੰਨਵਾਦ ਕੋ ਸਾਹਿਬ ਉਹਨਾਂ ਨੇ ਪਿਆਰ ਘੱਲਿਆ ਧੰਨਵਾਦ ਫੌਜੀ ਵੀਰ ਨੇ ਲਓ ਦਰਸ਼ਕ ਵੀਰਿਓ ਕਬੱਡੀ ਬੜੀ ਵਧੀਆ ਹੈ ਮੇਰੀ ਬੇਨਤੀ ਹੈ ਸਾਡੇ ਸੋਨੇ ਭਾਜੀ ਨੂੰ ਇਹ ਸੋਨੇ ਭਾਜੀ ਇੱਕ ਗੱਲ ਸੁਣਿਓ ਮੇਰੇ ਕੋਲੋਂ ਮੈਂ ਬੋਲਣੀ ਹੈ ਉਹ ਤੁਹਾਡੀ ਇਜਾਜ਼ਤ ਲੈਣੀ ਵੀਰ ਜੀ ਸੋਨੇ ਵੀਰ ਜੀ ਜਿਹੜਾ ਕੋ ਉੱਠ ਕੇ ਆਇਓ ਜਰੀਕਾ ਲੋ ਸੁੱਖਾ ਆ ਗਿਆ ਨਿਰੰਜਣਪੁਰ ਦਾ ਇਹ ਆ ਨਿਰੰਜਣਪੁਰ ਆਸਾਨ ਕਿ ਨਿਰੰਜਣਪੁਰ ਦਾ ਸੁੱਖਾ ਯਾਰੋ ਖੇਡਦਾ ਕਬੱਡੀ ਜਿਹਦੀ ਪੈਂਦੀ ਰੇਡਰ ਰੇਡ ਜਾਫੀਆਂ ਤੇ ਭਾਰੀ ਹੈ ਨਿਰੰਜਣਪੁਰ ਦੇ ਸੁੱਖੇ ਦੀ ਯਾਰੋ ਕਾਇਮ ਸਰਦਾਰੀ ਹੈ ਨਿਰੰਜਣਪੁਰ ਦੇ ਸੁੱਖੇ ਦੀ ਕਾਇਮ ਸਰਦਾਰੀ ਹੈ ਪਰ ਜਾਫੀ ਵੀ ਕਹਿੰਦੇ ਟੌਪ ਦਾ ਗਿੰਦਾ
नौजवान कोशिश करता है यह गिंदा मेरे पंजाबी भी रहो पर सुखे ने कहने जो इंग्लैंड खेडे तो फिर एक फोटो खिंडवा के आया क्योंकि इंग्लैंड एक अपने नाल लाश लैके आया आप आया तो नाल एक लाश लैके आया इन प्लेयर खेडन गया पेरी वाला वह विछड़ गया इन्हें अपने यार की याद कहने डोले उत्ते सामी हुई है कि पिंड पेरी में जंगी ने सी आप ही आना भाणा वरतिया उसकी लाश आ गई जरा जंगी किसी को फड़िया जाता नहीं सी उस जंगी ने जफा मौत पा गई नानक सर वाले अज जस नहीं आया घाट रड़कती है पर मैनू लगता है कि ताबा पूरा गुस्सा खा के रिडा पा रहा है ताबा कबड्डी पा रहा है मेरे वीरियो खेड के मैदान में चार जाफी तैयार ने कि मल्लो मल्ली खेड मैदान में कट्ठे हो जाते साण मित्रों टकरे ने हाणिया नू हाण मित्रों टकरे ने हाणिया नू हाण मित्रों फिर जफा कहते गिंदे इस वक्त गेले खजाले वाले का लग चुके है ते पॉइंट जाफी का मेरी बेनती है कि श्री गुरु अर्जन देव कबड्डी क्लब चोला साहब जल्दी तो जल्दी ग्राउंड के आवे श्री गुरु अर्जन देव कबड्डी क्लब चोला साहब डेरे बाबे नानक दे नाल कहिंदे तू तू मैं होनी है लो ध्यान परवाला कहिंदे कबड्डी पा रहा है यह आ पूरी दूजे पासे अवान पिंड कहिंदे अमृतसर का अवान वाला नव संदीप चोबन दियां चर्चा होंदियां हैप्पी अवान पर यह नव नन्ना बाबा नन्ना बाबा कबड्डी कबड्डी ओ वाह ओ पूरी सियां ध्यानपुरी कदे लोरी ने कबड्डी खेडी है अपने भरा नूं हल्ला शेरियां दिंदा है कोई सुत्ता पड़े कुराना नूं कोई सांभ रिहा कृपाना नूं कि शर्म मूर्ख इंसाना नूं किते कमल पै गया विद्वाना नूं कोई झूरे साहब सलामा नूं किते पै गए कुप गुलामा नूं कोई वाल खलारे शामा नूं कोई किस्मत समझे लामा नूं कोई लयू भगावे जाना नूं कोई थुक थुक सुटदा पाना नूं कि दर्ज करिए बयाना नूं ना ही हुंदा परहेज है राजा बाबा के हाजिया ए रब सोने दी खेड है बाबा के हाजिया रब सोने दी खेड है मैच मेरे वीरियो दो दो कबड्डियां ते है पर अगला मुकाबला जिहड़ा उह सिरे दा होणा है चोला साहब श्री गुरु अर्जन देव कबड्डी क्लब चोला साहब ते दूजे पासे डेरा बाबा नानक 32 ते 25 पॉइंट ने कबड्डी केदी मेरे वीरियो मनी दी खेड दे मैदान विच हनी दी कबड्डी है हनी हनी ते दूजे पासे बेंटी हनी मठटियां वाला बेंटी मदरियां वाला ओ पै गए पेचे उठ गए रेते कुंडियां दे सिंग फस गए नी कोई नित्रू वड़े वे खाणी चमकीला गा गया मैसमपुर कहिंदे मैसमपुर दी धरती ते चमकीले नूं डाया मेरे वीरियो लोकी कहिंदे चमकीला गंदा गाउंदा सी ए भी गाया कि साथों बाबा खोलिया तेरा मनकाना की मनियाद बंदिया बलबला पानी दा मैं तलवार मैं कलगी धरदियां नहीं किसी तो डरदियां पर आपां ए सुनिया कि कुंडियां ने सिंग पास गए विच गली दे हो गए टाकरे पर चंगा गाया सुनिया नहीं गंदा पास सुनदे आ पॉइंट सुनियो गुरदासपुर दे किन्ने ने नंबर गुरदासपुर वालियां दे नानक सर क्लब दे 26 ते फलपोते दे 32 छब्बी ते 32 ये मैच दूजा समाप्त हो चुके है फलपोते वाले बाजी मार गए ने मेरे मित्रों हाँ धन्यवाद सारे NRI भरावां दा राजा इटली प्रिंस इटली साबा भाजी कहिंदे मैं चला इत्थे आ के आनंद माणदा है सरदार सुलखण सिंह जी सरपंच कनेडा उन्हां दा वड्डा संयोग है धन्यवाद सरदार कुंदन सिंह जी USA जिन्होंने वालों एक मोटरसाइकिल स्पॉन्सर किया गया है तो दूजा मोटरसाइकिल कहते साडे वीर बिक्रमजीत आस्ट्रेलिया वालों स्पॉन्सर किया गया बहुत बहुत धन्यवाद NRI भरावां दा चोला साहब वाले कितने ने जी चोला साहब वाले